ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਜਗਤਾਰ ਸਿੰਘ ਜੀ, ਹਿਸਟੋਰੀਅਨ ਨੇ, ਇਹਨਾਂ ਦੇ ਨਾਲ ਸਰਦਾਰ ਹਮੀਤ ਸਿੰਘ ਜੀ ਜਿਹੜੇ ਕਿ ਸੰਪਾਦਕ ਨੇ ਪੰਜਾਬ ਟੈਲੀਵਿਜ਼ਨ ਦੇ। ਮੈਂ ਜੀ ਆਇਆਂ ਆਖਦਾ। ਥੈਂਕ ਯੂ, ਸ਼ੁਕਰੀਆ ਜੀ। ਦੇਸ਼ ਦੀ ਰਾਜਨੀਤੀ ਵਿੱਚ ਤਲਖੀ ਵੱਧ ਰਹੀ ਹੈ। ਈਡੀ ਦੀਆਂ ਰੇਡਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਜ਼ੀਰ ਵੱਲੋਂ ਜਿਹੜਾ ਪ੍ਰਤੀਕਰਮ ਆਇਆ ਉਹ ਬੜਾ ਸਖ਼ਤ ਹੈ। ਤਲਖੀ ਕਾਫੀ ਵਧੀ ਹੋਈ ਹੈ ਪੰਜਾਬ ਦੇ ਰਾਜਨੀਤਿਕ ਘੇਰਿਆਂ 'ਚ, ਔਰ ਖਾਸ ਤੌਰ 'ਤੇ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਇੱਕ ਖੌਫ ਪਾਇਆ ਜਾ ਰਿਹਾ। ਅੱਜ ਦਿਨ ਭਰ ਦੇ ਵਿੱਚ ਜਦੋਂ ਕਿ ਮੁੱਖ ਮੰਤਰੀ ਇੱਕ ਨਵੀਂ ਸਕੀਮ ਲਾਂਚ ਕਰ ਰਹੇ ਸੀਗੇ, ਅਫਸਰਸ਼ਾਹੀ ਬਹੁਤ ਹੀ ਚੰਡੀਗੜ੍ਹ ਤੋਂ ਬਾਹਰ ਸੀ, ਲੇਕਿਨ ਜਿਹੜੇ ਪਿੱਛੇ ਸੀਗੇ ਉਹ ਲਗਾਤਾਰ ਇਹ ਜ਼ਿਕਰ ਕਰ ਰਹੇ ਸੀ ਕਿ ਕੀ ਇਹਨਾਂ ਇਸ ਤਰ੍ਹਾਂ ਦੀਆਂ ਰੇਡਸ ਦਾ ਘੇਰਾ ਹੋਰ ਵੱਡਾ ਹੋਊਗਾ, ਇਹਦੀ ਜੱਦ ਵਿੱਚ ਪੰਜਾਬ ਵੀ ਆਊਗਾ, ਪੰਜਾਬ ਦੇ ਉਹ ਲੋਕ ਜਿਹੜੇ ਵੱਖ ਵੱਖ ਮੌਕਿਆਂ ਦੇ ਉੱਤੇ ਸ਼ੱਕ ਵਿੱਚ ਪਾਏ ਗਏ ਨੇ ਜਾਂ ਇਸ ਤੋਂ ਪਹਿਲਾਂ ਵੀ ਜਿਹੜੇ ਈਡੀ ਦੇ ਰਡਾਰ ਤੇ ਸੀਗੇ, ਏਜੰਸੀਆਂ ਦੇ ਰਡਾਰ ਤੇ ਸੀ, ਕੀ ਇੱਕ ਵਾਰੀ ਫਿਰ ਪੰਜਾਬ ਨੂੰ ਸੇਕ ਲੱਗੂਗਾ? ਅਸੀਂ ਇਸ ਮਾਮਲੇ ਨੂੰ ਐਡਰੈਸ ਕਰਨ ਦਾ ਯਤਨ ਕਰਦੇ ਹਾਂ ਕਿ ਹੁਣ ਸਥਿਤੀ ਕੀ ਹੈ, ਔਰ ਆਮ ਆਦਮੀ ਪਾਰਟੀ ਨੂੰ ਜੇ ਇੰਨੇ ਵੱਡੇ ਪੱਧਰ ਤੇ ਘੇਰੇ 'ਚ ਲਿਆ ਜਾ ਰਿਹਾ ਤਾਂ ਕੀ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਸੁਣਵਾਈਆਂ ਹੋ ਰਹੀਆਂ ਸੀਗੀਆਂ ਔਰ ਮਨੀ ਟ੍ਰੇਲ ਦੀ ਗੱਲ ਹੋ ਰਹੀ ਸੀ, ਆਮ ਆਦਮੀ ਪਾਰਟੀ ਕੀ ਬੈਨੀਫਿਸ਼ਰੀ ਹੈ ਇਹਦਾ ਜ਼ਿਕਰ ਹੋ ਰਿਹਾ ਸੀ, ਤਾਂ ਫਿਰ ਇਹ ਘੇਰਾ ਕਿੱਡਾ ਕੁ ਵਸੀਹ ਕੀਤਾ ਜਾ ਸਕਦਾ? ਇਹ ਸਵਾਲ ਅੱਜ ਵੱਡਾ ਹੋ ਰਿਹਾ ਕਿ ਜੇ ਪਾਰਟੀ ਜੱਦ 'ਚ ਹੈ ਤਾਂ ਫਿਰ ਉਹਦੀ ਲੀਡਰਸ਼ਿਪ ਕਿਸ ਪੱਧਰ ਤੱਕ ਜੱਦ 'ਚ ਹੋਊਗੀ, ਇਹ ਸਵਾਲ ਹੈ। ਦੂਜਾ ਸਵਾਲ ਹੈ ਕਿ ਜੇ ਐਕਸਾਈਜ਼ ਮਾਮਲੇ ਦੇ ਵਿੱਚ ਗੱਲ ਅੱਗੇ ਵਧੀ ਹੈ ਤਾਂ ਫਿਰ ਪੰਜਾਬ ਦੀ ਐਕਸਾਈਜ਼ ਪਾਲਿਸੀ, ਜਿਹੜਾ ਕਿ ਹੱਕ ਹੈ ਪੰਜਾਬ ਦਾ, ਜਿਹੜੀ ਕੈਬਨਿਟ ਦਾ ਹੱਕ ਹੈ ਕਿ ਉਹ ਕੋਈ ਪਾਲਿਸੀ ਬਣਾ ਸਕੇ, ਕੀ ਉਹਦੀ ਇੰਪਲੀਮੈਂਟੇਸ਼ਨ 'ਚ ਵੀ ਕੋਈ ਖਾਮੀਆਂ ਨੇ ਤੇ ਇਹ ਵੀ ਜੱਦ 'ਚ ਆ ਸਕਦੀ ਹੈ, ਉਹ ਸਾਰੀ ਬਿਊਰੋਕਰੇਸੀ ਜਿਹੜੀ ਡੀਲ ਕਰਦੀ ਰਹੀ ਇਹਨਾਂ ਚੀਜ਼ਾਂ ਨੂੰ? ਇਹ ਦੋ ਸਵਾਲ ਨੂੰ ਲੈਂਦੇ ਹਾਂ, ਲੇਕਿਨ ਇਹਦੇ ਨਾਲ ਹੀ ਕੀ ਕੇਂਦਰੀ ਵਜ਼ਾਰਤ ਜੇ ਮੁੜ ਕੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗਠਿਤ ਹੁੰਦੀ ਆ ਤਾਂ ਕੀ ਅਗਲੀ ਕੈਬਨਿਟ ਦੇ ਵਿੱਚ ਸਿੱਖ ਚਿਹਰਾ ਸਤਨਾਮ ਸਿੰਘ ਸੰਧੂ ਹੋਣਗੇ? ਇੱਕ ਐਸੀ ਡਿਵੈਲਪਮੈਂਟ, ਕੁਛ ਐਸੀਆਂ ਘਟਨਾਵਾਂ ਜਿਹੜੀਆਂ ਇਸ ਦਿਸ਼ਾ ਵੱਲ ਵੱਧ ਰਹੀਆਂ ਨੇ ਕਿ ਸਤਨਾਮ ਸਿੰਘ ਸੰਧੂ ਜਿਹੜੇ ਹੁਣੇ ਹੁਣੇ ਨੋਮੀਨੇਟ ਹੋਏ ਨੇ, ਰਾਜ ਸਭਾ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਪ੍ਰਧਾਨ ਮੰਤਰੀ ਵੱਲੋਂ, ਸਰਕਾਰ ਵੱਲੋਂ, ਰਾਸ਼ਟਰਪਤੀ ਵੱਲੋਂ, ਕੀ ਉਹ ਅਗਲੇ ਵਜ਼ੀਰ ਹੋਣਗੇ, ਸਿੱਖ ਵਜ਼ੀਰ ਹੋਣਗੇ? ਇਹ ਕਾਫੀ ਇਹ ਸਵਾਲ ਨੂੰ ਅੱਗੇ ਵਧਾਉਂਦੇ ਆ। ਤੀਜਾ ਸਵਾਲ ਵੀ ਇਹ ਵਾ ਕਿ ਅੱਜ ਰਜਿਸਟਰੀਆਂ ਮੌਕੇ ਜ਼ਰੂਰੀ ਕੀਤੀ ਗਈ NOC, ਉਹ ਖਤਮ ਕਰਤੀ ਗਈ ਹੈ, ਇਹਦਾ ਪੰਜਾਬ ਦੀ ਇਕਾਨਮੀ ਨੂੰ ਕਿਵੇਂ ਹਲਾਉਣਾ ਮਿਲੇਗਾ, ਲੇਕਿਨ ਲੋਕਾਂ ਦੀ ਖੱਜਲ ਖੁਆਰੀ ਕਿੰਨੀ ਘਟੇਗੀ? ਇਹ ਸਵਾਲ ਤੇ ਜਾਂਦੇ। ਸਭ ਤੋਂ ਪਹਿਲਾਂ ਮੈਂ ਸਰਦਾਰ ਹਮੀਤ ਸਿੰਘ ਜੀ ਸਮਝਣਾ ਚਾਹੁੰਦਾ ਕਿ ਜਦੋਂ ਅੱਜ ਸਵੇਰੇ ED ਦੀਆਂ ਰੇਡਸ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਤੇ ਸ਼ੁਰੂ ਹੁੰਦੀਆਂ ਨੇ ਤਾਂ ਤਰਥੱਲੀ ਮੱਚ ਜਾਂਦੀ ਹੈ, ਤੁਸੀਂ ਸਾਰੇ ਮਾਮਲੇ ਨੂੰ ਦੇਖਿਆ, ਸਥਿਤੀ ਕੀ ਹੈ? ED ਦਾ ਜਿਹੜਾ ਅੱਜ ਦਾ ਵਤੀਰਾ ਜਾਂ ਅੱਜ ਦੀ ਜਿਹੜੀ ਰੇਡ ਹੈ ਉਹਦੇ ਤੋਂ ਇਹ ਲੱਗਦਾ ਕਿ ED ਲਗਾਤਾਰ ਕੇਜਰੀਵਾਲ ਉਹਨਾਂ ਦੇ ਦਾ ਘੇਰਾ ਟਾਈਟ ਕਰ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਉਹਨਾਂ ਦੇ ਪਰਸਨਲ ਸੈਕਟਰੀ ਜਿਹੜਾ ਉਹਦੇ ਰੇਡ ਹੋ ਜਾਣਾ ਤੇ ਨਾਲ ਹੀ ਉਹਨਾਂ ਦੇ ND ਗੁਪਤਾ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਸੀਗੇ, ਪਾਰਲੀਮੈਂਟ ਮੈਂਬਰ, ਉਹਨਾਂ ਦੇ ਰੇਡ ਹੋ ਜਾਣਾ, ਇਹ ਬਹੁਤ ਨੇੜੇ ਦਾ ਮਾਮਲਾ ਤੇ ਨਾਲ ਦੀ ਨਾਲ ED ਇਦੋਂ ਪਹਿਲਾਂ ਆਪਣੇ ਸਾਹਮਣੇ ਆ ਕੇ ਕੋਰਟ ਗਈ ਹੈ, ਉਹਨਾਂ ਸੰਭਲਾਂ ਦੇ ਮਾਮਲੇ ਦੇ ਵਿੱਚ ਅਦਾਲਤ ਗਈ ਹੈ, ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਅਦਾਲਤ ਨੂੰ ਜਵਾਬ ਦੇ ਦਾਂਗੇ, ਜੇ ਉਹ ਜੋ ਵੀ ਪੁੱਛਣਗੇ ਅਸੀਂ ਉਹਦਾ ਜਵਾਬ ਦੇ ਦਾਂਗੇ, ਕੇਜਰੀਵਾਲ ਉਹਨਾਂ ਨੇ ਇਹ ਕਿਹਾ ਸੀਗਾ। ਪਰ ਮੈਨੂੰ ਲੱਗਦਾ ਕਿ ਜਿਹੜਾ ਕੱਲ ਹੀ ਇੱਕ ਅਨਾਊਂਸਮੈਂਟ ਹੋਈ ਸੀ ਜਿਹੜੀ ਮਿਨਿਸਟਰ ਆਤਸੀ ਵੱਲੋਂ ਕਿ ਮੈਂ 10 ਵਜੇ ਅਗਲੇ ਦਿਨ ਇੱਕ ਵੱਡਾ ਖੁਲਾਸਾ ਕਰਨ ਜਾ ਰਹੀ ਹਾਂ ED ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਹੈ 10 ਵਜੇ ਤੇ 7 ਵਜੇ ਰੇਡ ਹੋ ਰਹੀਆਂ ਨੇ ਉਦੋਂ ਵੀ ਪਹਿਲਾਂ,
ਹਾਲਾਂਕਿ ਆਪਸੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕੀਤੀ ਹੈ, ਇਲਜ਼ਾਮ ਲਾਇਆ ਈਡੀ ਤੇ, ਇਲਜ਼ਾਮ ਇਹ ਲਾਇਆ ਕਿ ਜਿਹੜੀ ਜਦੋਂ ਪੁੱਛਗਿੱਛ ਕਰਦੀ ਹੈ ਈਡੀ ਤਾਂ ਉਹ ਰਿਕਾਰਡਡ ਹੁੰਦੀਆਂ ਨੇ ਚੀਜ਼ਾਂ, ਤੇ ਉਹ ਰਿਕਾਰਡ ਜਿਹੜਾ ਹੈ ਜਿਹੜੀ ਆਡੀਓ ਰਿਕਾਰਡਿੰਗ ਹੈ ਉਹ ਮਤਲਬ ਵਾਲਸ ਖਤਮ ਕੀਤੀ ਜਾ ਰਹੀ ਹੈ। ਉਹ ਕਹਿੰਦੀ ਹੈ ਕਿ ਸਾਨੂੰ ਇੱਕ ਕੇਸ ਦੀ ਤਾਂ ਸਾਡੇ ਕੋਲ ਕਨਫਰਮੇਸ਼ਨ ਹੈ, ਬਾਕੀ ਮਾਮਲਿਆਂ 'ਚ ਵੀ ਸਾਨੂੰ ਡਾਊਟ ਹੈ ਕਿ ਸਾਰੇ ਹੀ ਮਾਮਲਿਆਂ ਦੇ ਵਿੱਚ ਇਹ ਕੀਤਾ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਉਹਨਾਂ ਪੁੱਛਗਿੱਛ ਦੇ ਵਿੱਚ ਕੁਝ ਸਾਹਮਣੇ ਆ ਨਹੀਂ ਰਿਹਾ, ਤੇ ਸਾਹਮਣੇ ਨਾ ਆਉਣ ਕਰਕੇ ਤੁਸੀਂ ਸਬੂਤ ਵਟਾ ਰਹੇ ਹੋ। ਹੁਣ ਇਦੋਂ ਬਾਅਦ ਇਹ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਤੇ ਪੋਲੀਟੀਕਲ ਤੇ ਉਹਦੇ ਬੰਦਿਆਂ ਤੇ ਇੱਕ ਪੋਲੀਟੀਕਲ ਹਮਲਾ ਹੈ, ਇਹ ਕੋਈ ਇਸ ਲੈਵਲ ਦਾ ਮਾਮਲਾ ਨਹੀਂ। ਤੇ ਨਾਲ ਦੀ ਨਾਲ ਉਹਨੇ ਇੱਕ ਇਹ ਦੋਸ਼ ਲਾਇਆ ਕਿ ਇਹਦਾ ਮਤਲਬ ਇਹ ਹੈ ਕਿ ਉਹ ਕਿਸੇ ਘੁਟਾਲੇ ਦੀ ਜਾਂਚ ਕਰਦੀ ਕਰਦੀ ਸੀਬੀਆਈ ਆਪ ਇੱਕ ਬੜਾ ਘੁਟਾਲਾ ਕਰਨ ਜਾ ਰਹੀ ਹੈ, ਕਿਉਂਕਿ ਉਹ ਜਿਹੜੀ ਓਨੈਸਟੀ ਤੇ ਪਾਰਦਰਸ਼ਤਾ ਹੁੰਦੀ ਹੈ ਕਿ ਤੁਹਾਡੇ ਕੋਲ ਸਭ ਕੁਝ ਹੋਵੇ, ਇਸ ਲਈ ਆਮ ਆਦਮੀ ਪਾਰਟੀ ਅਦਾਲਤ ਜਾ ਰਹੀ ਹੈ। ਅਦਾਲਤ ਦੇ ਵਿੱਚ ਆਮ ਆਦਮੀ ਪਾਰਟੀ ਇਹ ਪਲੀ ਲੈ ਰਹੀ ਹੈ ਕਿ ਉਹ ਜਿਹੜੀ ਸਾਰੀ ਆਡੀਓ ਤੇ ਟੋਟਲ ਰਿਕਾਰਡਿੰਗ ਦਾ ਉਹ ਇਕੱਠੀ ਕਰਕੇ ਸਾਹਮਣੇ ਲਿਆਂਦੀ ਜਾਏ, ਉਹ ਪਬਲਿਕ ਉਸ ਡੋਮੇਨ ਦੇ ਵਿੱਚ ਹੋਵੇ, ਲਾਅ ਦੀ ਡੋਮੇਨ ਦੇ ਵਿੱਚ। ਔਰ ਜੇਕਰ ਉਹ ਨਹੀਂ ਹੁੰਦੀ ਤਾਂ ਇਹਦਾ ਮਤਲਬ ਗੱਲ ਗੜਬੜ ਹੈ। ਹੁਣ ਇਹ ਦੋ ਗੱਲਾਂ ਜਿਹੜੀਆਂ ਨੇ ਇੱਕ ਬੜੇ ਪੱਧਰ ਦੇ ਉੱਤੇ ਐਡਾ ਵੱਡਾ ਐਲੀਗੇਸ਼ਨ ਈਡੀ ਤੇ ਲੱਗ ਜਾਣਾ, ਤੇ ਜੇ ਉਹ ਤੱਥ ਸਾਹਮਣੇ ਨਹੀਂ ਆਉਣਗੇ ਤਾਂ ਹੌਲੀ ਹੌਲੀ ਇੱਕ ਪੋਲੀਟੀਕਲ ਗਰਾਊਂਡ ਬਣ ਜਾਏਗਾ ਜ਼ਰੂਰ। ਹਾਲਾਂਕਿ ਇਦੋਂ ਬਿਨਾਂ ਵੀ ਜੇ ਦੇਖਿਆ ਜਾਏ ਇਹ ਆਪਣੇ ਆਪ 'ਚ ਇੱਕ ਦਲੀਲ ਅੱਗੇ ਵੱਧ ਕੇ ਅਗਲੀ ਦਲੀਲ ਹੈ, ਇਦੋਂ ਪਹਿਲਾਂ ਵੀ ਜੇ ਦੇਖ ਲਓ ਤਾਂ ਵੀ ਇੱਕ ਗੱਲ ਤਾਂ ਦਲੀਲ ਖੜੀ ਹੁੰਦੀ ਹੈ, ਉਹ ਇਹ ਦਲੀਲ ਖੜੀ ਹੁੰਦੀ ਹੈ ਕਿ ਨਾਨ ਬੀਜੇਪੀ ਜਿਹੜੇ ਲੀਡਰਸ਼ਿਪ ਹੈ ਉਸੇ ਤੇ ਕਿਉਂ ਈਡੀ ਇੰਨਾ ਜ਼ਿਆਦਾ ਸਖ਼ਤ ਰੁੱਖ ਅਖਤਿਆਰ ਕਰਦੀ ਹੈ, ਜਿੱਥੇ ਬੀਜੇਪੀ ਦੀਆਂ ਸਟੇਟ ਗੌਰਮੈਂਟਸ ਨੇ, ਉਹ ਸਟੇਟ ਗੌਰਮੈਂਟਸ ਸਾਰੀਆਂ ਪਾਲਿਸੀ ਵੀ ਠੀਕ ਬਣਾਉਂਦੀਆਂ ਨੇ, ਉੱਥੇ ਕੋਈ ਬੰਦਾ ਕਰਪਟ ਵੀ ਹੈ ਨਹੀਂ, ਉਹ ਸਾਰੇ ਕਿਤੇ ਕੋਈ ਰੌਲਾ ਹੀ ਨਹੀਂ ਹੈ, ਬਿਲਕੁਲ ਸਭ ਕੁਝ ਠੀਕ ਠਾਕ ਚੱਲ ਰਿਹਾ। ਮਤਲਬ ਏਦਾਂ ਤਾਂ ਨਹੀਂ ਹੋ ਸਕਦਾ ਏਡੇ ਵੱਡੇ ਸਿਸਟਮ 'ਚ ਜਿੱਥੇ ਰਾਜਨੀਤੀ ਦਾ ਅਪਰਾਧੀਕਰਨ ਇੱਥੋਂ ਤੱਕ ਚਲਾ ਗਿਆ ਕਿ 37% ਤੋਂ ਬੰਦੇ ਪਾਰਲੀਮੈਂਟ 'ਚ ਨੇ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਬੀਜੇਪੀ ਦਾ, ਔਰ ਇਸੇ ਤਰ੍ਹਾਂ ਕਰਪਸ਼ਨ ਚਾਰਜਿਸ ਵੀ ਉਹਨਾਂ ਤੇ ਲੱਗੇ ਹੋਏ ਨੇ ਜਿਹਦੇ 'ਚ ਸਭ ਤੋਂ ਨੰਬਰ ਉੱਥੇ ਹੈ, ਤੇ ਜੇ ਸਭ ਤੋਂ ਜ਼ਿਆਦਾ ਨੰਬਰ ਉੱਥੇ ਹੋਣ ਦੇ ਬਾਵਜੂਦ ਈਡੀ ਉਹਨਾਂ ਦੇ ਮਗਰ ਉਸ ਰੂਪ ਦੇ ਵਿੱਚ ਨਹੀਂ ਪੈਂਦੀ ਤਾਂ ਕਿਤੇ ਨਾ ਕਿਤੇ ਗੜਬੜ ਤਾਂ ਦਿਖਾਈ ਦਿੰਦੀ ਆ ਉਸ ਗੱਲ ਨਾਲ ਵੀ। ਪਰ ਜੇ ਇਹ ਐਲੀਗੇਸ਼ਨ 'ਚ ਕੋਈ ਸੱਚਾਈ ਹੈ ਕਿ ਉਹ ਕਿਤੇ ਨਾ ਕਿਤੇ ਸਬੂਤ ਵੀ ਮਿਟਾ ਰਹੇ ਨੇ, ਫਿਰ ਤਾਂ ਇਹ ਬਹੁਤ ਸੀਰੀਅਸ ਐਲੀਗੇਸ਼ਨ ਹੈ। ਜੇ ਇਹਦੇ 'ਚ ਕੋਈ ਗੱਲ ਲੱਗਦੀ ਹੋਵੇ ਤਾਂ ਇਹ ਤੁਰੰਤ ਸੰਗਿਆਨ ਲੈਣ ਵਾਲਾ, ਜਸਟਿਸ ਦੀ, ਨਿਆਂ ਦੀ, ਇਨਸਾਫ਼ ਦੀ ਕਸਵੱਟੀ ਤੇ ਕਿ ਲੋਕਾਂ ਨੂੰ ਇਹ ਲੱਗੇ ਫਿਰ ਜੇ ਇਹ ਕੰਮ ਹੋ ਰਿਹਾ ਹੈ ਜੇ ਤਾਂ ਫਿਰ ਜਿਹੜੇ ਬੰਦੇ ਅੰਦਰ ਰੱਖ ਰਹੇ ਹੋ ਤਾਂ ਹੋਰ ਸਾਰੀਆਂ ਗੱਲਾਂ ਲੱਗਣਗੀਆਂ, ਉਹ ਝੂਠ ਸਾਬਤ ਹੋਣਾ ਸ਼ੁਰੂ ਹੋ ਜਾਏਗਾ ਇੱਕ ਲੈਵਲ ਦਾ ਉਸ ਲੈਵਲ ਦੇ ਉੱਤੇ। ਇਹ ਗੱਲ ਹੈ ਤੇ ਨਾਲ ਦੀ ਨਾਲ ਮੇਰਾ ਖਿਆਲ ਹੈ ਇਹ ਵੀ ਹੈ ਕਿ ਅਗਲਾ ਜਿਹੜਾ ਦੌਰ ਹੈ, ਅਗਲਾ ਜਿਹੜਾ ਰੇਡ ਹੈ ਕੇਜਰੀਵਾਲ ਉਹਨਾਂ ਦੇ ਪਰਸਨਲ ਸੈਕਟਰੀ ਨੂੰ ਫੜਨ ਤੋਂ ਬਾਅਦ ਤਾਂ ਅਗਲਾ ਨੰਬਰ ਫਿਰ ਉੱਥੇ ਆਉਂਦਾ। ਪਹਿਲਾਂ ਜਿਵੇਂ ਉਹ ਚੈਸ ਦੀ ਖੇਡ ਹੁੰਦੀ ਹੈ ਨਾ ਕਿ ਪਹਿਲਾਂ ਪਿਆਦੇ ਫੜ ਲਓ ਸਾਰੇ, ਰਾਜਾ ਤੇ ਰਾਣੀ ਤੱਕ ਪਹੁੰਚ ਜਾਂਦਾ, ਉੱਥੇ ਤੱਕ ਜਾਂਦੇ ਜਾਂਦੇ ਮਾਹੌਲ, ਉਸ ਲੈਵਲ ਦਾ ਸਿਸਟਮ ਹੈ ਜਿਹੜਾ ਹੁਣ ਇਹ ਲੱਗਦਾ ਈਡੀ ਦੇ ਮਾਮਲੇ ਦੇ ਵਿੱਚ। ਔਰ ਇਟ ਮੀਨਸ ਉਹਨੇ ਕੋਰਟ ਦਾ ਵੀ ਨਹੀਂ ਉਹ ਉਡੀਕਿਆ ਜਿਹੜਾ ਆਪ ਅਦਾਲਤ ਗਈ ਸੀ ਕਿ ਆਹ ਮਾਮਲਿਆਂ ਦੇ ਉੱਤੇ ਅਸੀਂ ਇਹਨਾਂ ਤੋਂ ਚਾਹੁੰਦੇ ਹਾਂ ਜਾਂ ਬਾਕੀ ਦੇ ਮਾਮਲੇ ਆਰਡਰ ਲੈ ਕੇ ਜਾਵਾਂਗੇ ਅਰੈਸਟ ਕਰਨ ਲਈ ਜਾਣਾ ਤਾਂ ਬਾਕੀ ਹੈ, ਤਾਂ ਇੱਕ ਨਵੀਂ ਗੱਲ ਸ਼ੁਰੂ ਹੋ ਰਹੀ ਹੈ ਉਸ ਮਾਮਲੇ ਦੇ ਉੱਤੇ। ਆਹ ਪੋਲੀਟੀਕਲ ਇਮੇਜ ਇਹਦਾ ਇਹ ਬਣ ਰਿਹਾ ਕਿ ਚਾਹੇ ਉਹ ਕੇਜਰੀਵਾਲ ਨਾਲ ਹੋਵੇ, ਚਾਹੇ ਇਹਨਾਂ ਦੇ ਹੋਰ ਬੰਦਿਆਂ ਨਾਲ ਹੋਵੇ, ਚਾਹੇ ਹਿਮੰਤ ਸੋਰੇਨ ਨਾਲ ਹੋਵੇ, ਔਰ ਚਾਹੇ ਵੱਖ ਵੱਖ ਮਾਮਲਿਆਂ ਦੇ ਵਿੱਚ ਹੋਵੇ, ਇੱਕ ਨੈਰੇਟਿਵ ਇਹੋ ਜਿਹਾ ਜ਼ਰੂਰ ਬਣ ਰਿਹਾ ਕਿ ਜੇ ਵਨ ਸਾਈਡਡ ਰਹੂਗਾ ਤਾਂ ਇਹਦਾ ਫਾਇਦਾ ਹੋਣ ਦੀ ਬਜਾਏ ਕਿਤੇ ਪੋਲੀਟੀਕਲੀ ਬੀਜੇਪੀ ਨੂੰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਨੇ ਜੇ ਵੋਟਰ ਦੇ ਮਨ 'ਚ ਚਲਾ ਜਾਏ ਕਿ ਹਾਂ ਇਹ ਤਾਂ ਵਾਕਈ ਜਾਤੀ ਹੈ। ਔਰ ਜੇਕਰ ਇਹ ਸਾਬਤ ਹੋ ਜਾਏ, ਤੱਥ ਸਾਹਮਣੇ ਆ ਜਾਣ, ਜਿਹੜੇ ਐਲੀਗੇਸ਼ਨ ਲੱਗੇ ਨੇ ਉਹਨਾਂ ਦੀ ਕਲੈਰਿਟੀ ਹੋ ਜਾਏ,
ਤਾਂ ਫਿਰ ਇੱਕ ਹੱਦ ਤੱਕ ਇਹ ਹੋਊਗਾ ਹੀ ਕਿ ਭਾਈ ਜਿਹੜੀ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਦੇ ਕੱਟੜ ਇਮਾਨਦਾਰ ਲੀਡਰ ਨੇ, ਤੇ ਜੇ ਕੱਟੜ ਇਮਾਨਦਾਰੀ ਤੇ ਵੀ ਕੋਈ ਦੋਸ਼ ਆ ਸਾਬਤ ਹੁੰਦੇ ਨੇ ਕਿ ਤੁਸੀਂ ਇਸ ਲੈਵਲ ਦੇ ਪੈਸੇ ਇੱਧਰ ਉੱਧਰ ਕੀਤੇ ਨੇ, ਮਨੀ ਦਾ ਲੈਣ ਦੇਣ ਹੈ, ਜਿਹੜੀ ਉਹ 338 ਕਰੋੜ ਦੀ ਇੱਕ ਫਿਗਰ ਆਈ ਸੀ ਕਿ ਉਹ ਲੈਣ ਦੇਣ ਹੋਇਆ ਪਾਰਟੀ ਦੇ ਵਿੱਚ ਇੱਧਰ ਉੱਧਰ, ਤਾਂ ਉਹ ਇੱਕ ਆਪਣੇ ਆਪ ਦੇ ਵਿੱਚ ਬੜੀ ਗੱਲ ਹੋਏਗੀ। ਫਿਰ ਆਮ ਆਦਮੀ ਪਾਰਟੀ ਮਤਲਬ ਉਹੀ ਜੀ ਨਹੀਂ ਕਹਾਊਗੀ ਕਿ ਮੇਰੀ ਤਾਂ ਪੂੰਜੀ ਉਹ ਇਹ ਹੈ ਕਿ ਮੈਂ ਇਮਾਨਦਾਰ ਹਾਂ, ਮੈਂ ਕੱਟੜ ਇਮਾਨਦਾਰ ਹਾਂ। ਇਹ ਮਾਮਲੇ ਬੜੇ ਉਲਝਣ ਭਰਪੂਰ ਨੇ, ਸੱਤਾ ਜਿਸ ਲੈਵਲ ਤੇ ਜਾ ਰਹੀ ਹੈ ਉਧਰੋਂ ਵੀ ਤੇ ਇਧਰੋਂ ਵੀ। ਬਿਲਕੁਲ ਠੀਕ ਹੈ, ਔਰ ਸਵਾਲ ਇਸ ਗੱਲ ਦਾ ਹੈ ਕਿ ਕੱਲ 7 ਤਰੀਕ ਨੂੰ ਜਦੋਂ ਇਹ ਮਾਮਲਾ ਸੁਣਵਾਈ ਲਈ ਆਉਣਾ ਸੀਗਾ, ਜਿੱਥੇ ED ਨੇ ਜਾ ਕੇ ਦਰਖਾਸਤ ਦਿੱਤੀ ਸੀ ਕਿ ਉਹ ਸਾਨੂੰ ਕੋਆਪਰੇਟ ਨਹੀਂ ਕਰ ਰਹੇ, ਸਾਡੇ ਸੰਮਨ ਨੂੰ ਹੁੰਗਾਰਾ ਨਹੀਂ ਦੇ ਰਹੇ, ਤੇ ਉੱਥੇ ਸੁਣਵਾਈ ਤੋਂ ਪਹਿਲਾਂ ਇਹ ਰੇਡਸ ਕਿੰਨੀਆਂ ਅਹਿਮ ਨੇ ਔਰ ਇਹਨਾਂ ਲੋਕਾਂ ਨੂੰ ਇਹਦੀ ਜੱਦ ਵਿੱਚ ਲਿਆਂਦਾ ਗਿਆ, ਉਹਨਾਂ ਤੋਂ ਕੀ ਕੱਢਣ ਦਾ ਯਤਨ ਹੋ ਰਿਹਾ। ਹਾਲਾਂਕਿ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਕੋਈ ਵੀ ਧਿਰ, ਜਦੋਂ ਕੋਈ ਵੀ ਧਿਰ ਇਸ ਤਰ੍ਹਾਂ ਦੇ ਮਾਮਲਿਆਂ 'ਚ ਸਾਲ ਭਰ ਤੋਂ ਫਸੀ ਹੋਈ ਹੋਵੇ ਜਾਂ ਸਾਲ ਤੋਂ ਉਹਨਾਂ ਦੇ ਬਾਕੀ ਬੰਦੇ ਅੰਦਰ ਗਏ ਹੋਣਗੇ, ਤਾਂ ਕੀ ਜੇ ਕੋਈ ਦਸਤਾਵੇਜ਼ ਹੋਊਗਾ ਤੇ ਅਗਲਿਆਂ ਨੇ ਘਰ ਰੱਖਿਆ, ਕੀ ਉਹਨਾਂ ਨੇ ਸਰਦਾਰ ਜਗਤਾਰ ਸਿੰਘ ਜੀ ਕੀ ਉਹਨਾਂ ਨੇ ਆਪਣੇ ਟਿਕਾਣਿਆਂ ਤੇ ਰੱਖਿਆ ਹੋਊਗਾ, ਮੋਟੀ ਜੀ ਸਮਝ ਹੈ। ਦੂਜੀ ਗੱਲ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਬੜੀ ਕਲੈਰਿਟੀ ਨਾਲ ਇਹ ਗੱਲ ਸਾਹਮਣੇ ਆਈ ਸੀਗੀ ਕਿ ਸੀਟਾਂ ਦੀ ਵੰਡ ਬਹੁਤ ਥਾਵਾਂ ਤੇ ਤੈਅ ਹੋ ਗਈ, ਦਿੱਲੀ 'ਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ 4-3 ਦੇ ਅਨੁਪਾਤ 'ਚ, ਆਮ ਆਦਮੀ ਪਾਰਟੀ 4 ਔਰ ਕਾਂਗਰਸ 3 ਲੜਨਗੇ, ਇਹਨਾਂ ਦੀ ਸਹਿਮਤੀ ਬਣ ਗਈ ਹੈ, ਔਰ ਬਾਕੀ ਥਾਵਾਂ ਦੇ ਉੱਤੇ ਵੀ ਕੁਝ ਲੈ ਦੇ, ਗੁਜਰਾਤ 'ਚ ਜਿਵੇਂ 1 ਸੀਟ ਦੀ ਗੱਲ ਹੋ ਰਹੀ ਹੈ। ਸੋ ਇਹ ਚੀਜ਼ਾਂ ਸਿਆਸੀ ਅਰਥ ਵੀ ਰੱਖਦੀਆਂ। ਦੂਜੀ ਗੱਲ ਇਹਦੇ ਵਿੱਚ ਕਿ ਜੇ ਹੁਣ ਇਹ ਇਸ ਤਰ੍ਹਾਂ ਦੀਆਂ ਰੇਡਸ ਨਾਲ ਪਾਰਟੀ ਕਹਿ ਰਹੀ ਹੈ ਸਾਨੂੰ ਡਰਾਇਆ ਜਾ ਰਿਹਾ, ਉਹਨਾਂ ਦੀ ਵਜ਼ੀਰ ਆਤਿਸ਼ੀ ਨੇ ਬੜਾ ਕਲੀਅਰ ਕਿਹਾ ਕਿ ਇਹ ਇੱਕ ਡਰਾਉਣ ਦਾ ਤਰੀਕਾ ਹੈ, ਸਾਡੀ ਸਾਰੀ ਪਾਰਟੀ ਕਾਡਰ, ਸਾਡੀ ਸਾਰੀ ਲੀਡਰਸ਼ਿਪ ਨੂੰ ਡਰਾ ਲਓ, ਇਹ ਇੱਕ ਪਹਿਲੂ ਆ, ਤੇ ਡਰ ਤਾਂ ਪੰਜਾਬ 'ਚ ਵੀ ਲੱਗ ਰਿਹਾ ਜੀ। ਮੇਰੇ ਗੱਲ ਹੀ ਸਮਝ ਆ ਰਹੀ ਕਿ ਜੇ ਬੀਜੇਪੀ ਇੰਨੀ ਕੋਨਫੀਡੈਂਟ ਹੈ ਅਗਲੀ ਸਰਕਾਰ ਬਣਾਉਣ ਦੇ ਵਿੱਚ ਦਿੱਲੀ ਦੇ ਵਿੱਚ, ਜਿਵੇਂ ਕੱਲ੍ਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਅਨਾਊਂਸ ਕੀਤਾ ਵੀ 370 ਸਾਡੀਆਂ ਤੇ 400 ਪਾਰ ਦੀ ਗੱਲ ਕਰ ਰਹੇ ਸੀਗੇ, ਜੇ 400 ਪਾਰ ਦੇ ਬਾਰੇ ਤੁਸੀਂ ਇੰਨੇ ਤੁਹਾਨੂੰ ਕੋਨਫੀਡੈਂਸ ਹੈਗਾ, ਫਿਰ ਜਿਹੜੀਆਂ ਇਹ ਹਰਕਤਾਂ, ਇਹ ਮਸਲਨ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨ, ਦਿੱਲੀ ਦੇ ਵਿੱਚ ED ਦੀ ਰੇਡਸ, ਇਹ ਸਾਰਾ ਕਨੈਕਟਡ ਕੰਮ ਹੈ। ਚੰਡੀਗੜ੍ਹ ਜੋ ਕੁਛ ਹੋਇਆ ਇਹ ਇੱਕ ਸਿਗਨਲ ਦਿੱਤਾ ਬੀਜੇਪੀ ਨੇ ਵੀ ਅਸੀਂ ਹਰ ਹਾਲਤ ਦੇ ਵਿੱਚ ਕੋਈ ਵੀ ਆਫਿਸ ਹੋਵੇ ਉਹ ਅਸੀਂ ਕੈਪਚਰ ਕਰਨਾ, ਇਹਦਾ ਮਤਲਬ ਤੁਹਾਡੇ ਅੰਦਰ ਕਮਜ਼ੋਰੀ ਹੈ। ਜੇ ਤੁਸੀਂ ਅਨਡੈਮੋਕ੍ਰੈਟਿਕਲੀ ਕੋਈ ਐਕਟ ਕਰਦੇ ਹੋ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ 'ਚ ਉਹ ਜਾਨ ਨਹੀਂ ਹੈ ਡੈਮੋਕ੍ਰੈਟਿਕਲੀ ਸਿਚੁਏਸ਼ਨ ਨੂੰ ਫੇਸ ਕਰਨ ਦੀ, ਇੱਕ ਆਸਪੈਕਟ ਹੈ ਇਹਦਾ ਇਹ ਹੈ। ਇਹ ਪ੍ਰੋਬ ਚੱਲਦੇ ਨੂੰ ਰੰਧਾਵਾ ਜੀ ਬੜਾ ਚਿਰ ਹੋ ਗਿਆ, ਸਾਲ ਡੇਢ ਸਾਲ ਸ਼ਾਇਦ 2 ਸਾਲ ਹੀ ਹੋ ਗਏ ਹੋਣਗੇ। ਪੰਜਾਬ ਦੇ ਵੀ ਕੁਛ ਅਫਸਰਾਂ ਨੂੰ ਇਹਨਾਂ ਨੇ ਕੁਐਸਚਨ ਕੀਤਾ ਸੀਗਾ, ਮੈਂ ਇੰਟਰੋਗੇਟ ਨਹੀਂ ਲੱਗ ਵਰਤੂੰਗਾ ਅਜੇ, ਇੰਟਰੋਗੇਸ਼ਨ ਕਸਟਡੀ 'ਚ ਹੁੰਦੀ ਹੈ, ਕੁਐਸਚਨਿੰਗ ਇੱਥੇ ਵੀ ਹੋਈ ਸੀ ਕਿ ਇਹਨਾਂ ਨੂੰ ਹੁਣ ਤੱਕ ਪ੍ਰੂਫ ਹੀ ਨਹੀਂ ਮਿਲੇ। ਮਨੀਸ਼ ਸਿਸੋਦੀਆ ਜਿਹਨੂੰ ਇਹਨਾਂ ਨੇ ਮੇਨ ਪਲੇਅਰ ਪ੍ਰੋਜੈਕਟ ਕੀਤਾ ਸੀ ED ਨੇ, ਅੰਦਰ ਇਹਨਾਂ ਕੋਲ ਜਮਾਨਤ ਵੀ ਨਹੀਂ ਹੋ ਰਹੀ ਉਹਨਾਂ ਦੀ, ਕਿ ਉਹਨਾਂ ਕੋਲੋਂ ਵੀ ਕੋਈ ਪ੍ਰੂਫ ਇਹਨਾਂ ਨੂੰ ਨਹੀਂ ਮਿਲਿਆ। ਜੇ ਪ੍ਰੂਫ ਨਹੀਂ ਮਿਲਿਆ ਕਿ ਇਸ ਕਰਕੇ ਇਹ ਹੁਣ ਹਰ ਥਾਂ 'ਤੇ ਰੇਡ ਕਰ ਰਹੇ ਹੈ ਤਾਂ ਕਿ ਅਲਟੀਮੇਟਲੀ ਕੇਜਰੀਵਾਲ ਹੋਰਾਂ ਨੂੰ ਨੈਪ ਕਰਨ ਵਾਸਤੇ ਕੋਈ ਪ੍ਰੂਫ ਮਿਲ ਜਾਏ, ਤੇ ਜਿਹੜਾ ਉਹਨਾਂ ਦੇ ਹੱਥ ਹੁਣ ਤੱਕ ਲੱਗਿਆ ਹੀ ਨਹੀਂ। ਜੇ ਕਪਲਾ ਐਡਾ ਵੱਡਾ ਹੋਇਆ ਹੈ ਤੇ ਮੇਨ ਪਲੇਅਰ ਤੁਸੀਂ ਫੜ ਚੁੱਕੇ ਆ, ਫਿਰ ਤੁਹਾਡੇ ਕੋਲ ਤਾਂ ਪ੍ਰੂਫ ਸਾਰੇ ਹੋਣੇ ਚਾਹੀਦੇ ਆ।
ਤੇ ਇਹ ਜਿਹੜੀ ਗੱਲ ਤੁਸੀਂ ਵੀ ਕੀਤੀ ਹੈ ਕਿ ਉਹ ਬੈਠੇ ਵੇਟ ਕਰ ਰਹੇ ਆ ਬਈ ਆਹ ਸਾਡੇ ਕੋਲ ਰਿਕਾਰਡ ਪਿਆ ਤਾਂ ਤੁਸੀਂ ਚੱਕ ਕੇ ਲੈ ਜਾਓ, ਕਿ ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਸੇ ਵੇਲੇ ਉਹਨਾਂ ਨੇ ਰਿਕਾਰਡ ਖੁਰਦ ਫੁਰਦ ਨਹੀਂ ਕਰ ਦਿੱਤਾ ਹੋਏਗਾ। ਮਨੀਸ਼ ਸਿਸੋਦੀਆ ਬਾਰੇ ਵੀ ਗੱਲ ਆ ਰਹੀ ਸੀ ਕਿ 3 ਫੋਨ ਘੱਟੋ ਘੱਟ ਉਹਨਾਂ ਨੇ ਆਪਦੇ ਉਹ ਕਹਿੰਦੇ ਮੇਰੇ ਖਰਾਬ ਹੋ ਗਏ ਸੀ ਬਦਲੇ। ਹਾਂਜੀ, ਤੇ ਕੀ ਇਹ ਜਿਹੜਾ ਇਹ ਸਟਾਫ ਅਰਵਿੰਦ ਕੇਜਰੀਵਾਲ ਦਾ ਉਹ ਆਪਣੇ ਕੋਲ ਪ੍ਰੂਫ ਲੈ ਕੇ ਬੈਠਾ ਵੀ ਈਡੀ ਵਾਲੇ ਆਉਣਗੇ ਤੇ ਮੈਂ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਦਿਆਂਗੇ। ਇਹ ਈਡੀ ਵਾਲੇ ਕਰਨਾ ਕੀ ਚਾਹੁੰਦੇ ਆ, ਇਹ ਕੀ ਸਿਗਨਲ ਦੇਣਾ ਚਾਹੁੰਦੇ ਆ? ਮੈਂ ਮੇਰਾ ਵੀ ਇਹੀ ਹੈ ਕਿ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਰਾਉਣਾ ਕਿਹਨੂੰ ਹੈ? ਪਾਰਟੀ ਕਦੇ ਕੋਈ ਵੀ ਹੋਵੇ ਡਰਿਆ ਨਹੀਂ ਕਰਦੀ। ਝਾਰਖੰਡ ਦੇ ਵਿੱਚ ਹੇਮੰਤ ਸੋਰੇਨ ਇਹਨਾਂ ਨੇ ਈਡੀ ਭੇਜ ਕੇ ਸਭ ਕੁਛ ਕਰਤਾ, ਲੇਕਿਨ ਉਹਨਾਂ ਨੇ ਨਰੇਟਿਵ ਵਿੱਚ ਇਹ ਕਰਤਾ ਸਾਰਾ ਸਿਆਸੀ ਪੱਧਰ 'ਤੇ। ਉੱਥੇ ਜੇ ਜੋ ਕੁਛ ਉੱਥੇ ਥੱਲੇ ਵਾਪਰ ਰਿਹਾ ਉਹਦੇ ਵਿੱਚ ਉਹ ਪ੍ਰੋਜੈਕਟ ਕਰਤਾ ਕਿ ਹੇਮੰਤ ਸੋਰੇਨ ਆਦਿਵਾਸੀ ਕਲਚਰ ਦਾ ਪ੍ਰੋਟੈਕਟਰ ਐਡਵੋਕੇਟ ਹੈ, ਜਲ ਜੰਗਲ ਜ਼ਮੀਨ। ਉਹ ਕਹਿੰਦੇ ਵੀ ਸੜਾਈ ਸਾਡੀ ਲੜਾਈ ਤਾਂ ਉੱਥੇ ਹੈ, ਉਹਨਾਂ ਨੇ ਉਹ ਨਰੇਟਿਵ ਕਰਤਾ ਤਾਂ ਬੀਜੇਪੀ ਐਕਸਪਲੇਨ ਕਰਨਾ ਚਾਹੁੰਦੀ ਹੈ ਉਸ ਜ਼ਮੀਨ ਨੂੰ ਅਤੇ ਜੰਗਲ ਨੂੰ। ਸੋ ਇਹ ਇਹਨਾਂ ਦੇ ਪੁੱਠੀ ਵੀ ਪੈ ਸਕਦੀ ਹੈ, ਇਹੀ ਗੱਲ ਇੱਥੇ ਆ ਰਹੀ ਹੈ। ਜੇ ਤੁਹਾਡੇ ਕੋਲ ਕੋਈ ਪਰੂਫ ਹੁੰਦਾ ਤਾਂ ਹੁਣ ਤੱਕ ਭਾਈ ਤੁਸੀਂ ਕੇਜਰੀਵਾਲ ਨੂੰ ਫੜਿਆ ਆਉਣਾ ਸੀਗਾ, ਅਤੇ ਕੇਜਰੀਵਾਲ ਨੂੰ ਫੜ ਕੇ ਅਤੇ ਜੇ ਕਿ ਇਹਨਾਂ ਨੂੰ ਇਹਨਾਂ ਦੀ ਪੋਲੀਟਿਕਸ ਹੈ ਇਹਨਾਂ ਦੇ ਖਿਲਾਫ਼ ਜਾਏਗੀ, ਇਹਨਾਂ ਦੇ ਹੱਕ ਦੇ ਵਿੱਚ ਜਾਏਗੀ। ਮੈਂ ਇੱਕ ਆਸਪੈਕਟ 'ਤੇ ਹੋਰ ਧਿਆਨ ਦਿਉਂਦਾ ਕਿ ਇਕੱਲੀ ਕਰਪਸ਼ਨ ਹੀ ਇਸ਼ੂ ਹੈ ਐਡਾ ਵੱਡਾ? ਇਸ ਤੋਂ ਵੱਡੇ ਇਸ਼ੂ ਜਿਹੜੇ ਬੀਜੇਪੀ ਦੇ ਮੰਤਰੀ ਜਿਹੜੇ ਬੀਜੇਪੀ ਦੇ ਲੀਡਰ ਇਨਵਾਲਵ ਹੈਗੇ ਆ, ਮਸਲਨ ਆ ਰੈਸਲਰ ਕੁੜੀਆਂ ਇਹਨਾਂ ਦੀ ਅਮੋਨੈਸਟੇਸ਼ਨ, ਕੀ ਕਰਪਸ਼ਨ ਇਹਨਾਂ ਕੁੜੀਆਂ ਦੀ ਅਮੋਨੈਸਟੇਸ਼ਨ ਤੋਂ ਵੱਡਾ ਇਸ਼ੂ ਹੈ? ਇਹ ਨੈਸ਼ਨਲ ਆਨਰ ਦੀ ਗੱਲ ਹੈਗੀ ਹੈ, ਨੈਸ਼ਨਲ ਆਨਰ ਇਹ ਕਰਪਸ਼ਨ ਤੋਂ ਬਹੁਤ ਵੱਡੀ ਗੱਲ ਹੈਗੀ ਹੈ। ਉੱਥੇ ਜਿੱਥੇ ਨੈਸ਼ਨ ਦੀ ਆਨਰ ਇਨਵਾਲਵ ਹੈਗੀ ਹੈ ਅਤੇ ਉੱਥੇ ਜਿਹੜੇ ਕਲਪਰੇਟ ਹੈਗੇ ਆ ਉਹਨਾਂ ਦਾ ਕੀ ਐਕਸ਼ਨ ਹੋਇਆ? ਉਸ ਤੋਂ ਪਹਿਲਾਂ ਲਖੀਮਪੁਰ ਖੇੜੀ 4 ਕਿਸਾਨ ਸੰਘਰਸ਼ੀ, ਉਹਨਾਂ ਨੂੰ ਇੱਕ ਮੰਤਰੀ ਦਾ ਬੇਟਾ ਆਪਣੀ ਜੀਪ ਥੱਲੇ ਜਾ ਕੇ ਮਾਰ ਦਿੰਦਾ ਤੇ ਮੰਤਰੀ ਤਾਂ ਉੱਥੇ ਹੀ ਕੈਮਰਾ ਹੈ ਕੇਂਦਰ ਦੇ ਵਿੱਚ। ਇਹ ਜਿਹੜੀ ਇਹ ਅਪਰੋਚ ਹੈ ਇਸ ਸਰਕਾਰ ਦੀ ਕਿ ਸਿਰਫ ਜਿਹੜੀ ਤੁਹਾਡੀ ਅਪੋਜੀਸ਼ਨ ਹੈ ਉਹਨਾਂ ਨੂੰ ਹਰਾਸ ਕਿਵੇਂ ਕਰਨਾ ਹੈ ਅਤੇ ਉਹਨਾਂ ਨੂੰ ਤੋੜ ਕੇ ਆਪਣੇ ਨਾਲ ਕਿਵੇਂ ਲਾਉਣਾ ਹੈ, ਇਹ ਇਨ ਦੀ ਲਾਂਗ ਰਨ ਇਹਦੇ ਜਿਹੜੇ ਰਿਟਰਨਸ ਹੈਗੇ ਆ ਉਹ ਪੁੱਠੇ ਪੈ ਸਕਦੇ ਆ। ਉਹ ਇਹ ਸਿਆਸਤ ਜੇ ਤੁਸੀਂ ਪ੍ਰਜਾਤੰਤਰ ਤਰੀਕੇ ਦੇ ਨਾਲ ਆਪਣੀ ਲੜਾਈ ਲੜਦੀ ਜੀਤ ਸਰ ਕੇ ਲੜੋ, ਲੇਕਿਨ ਇਹ ਨਹੀਂ ਕਿ ਤੁਹਾਡੀ ਪਾਰਟੀ ਦੇ ਵਿੱਚ ਜਿਹੜੇ ਲੋਕ ਕੁੜੀਆਂ ਨੂੰ ਛੇੜਦੇ ਆ ਉਹ ਵੀ ਕਾਇਮ ਹੈਗੇ ਆ, ਜਿਹੜੇ ਲੋਕਾਂ ਨੂੰ ਮਾਰਦੇ ਆ ਉਹ ਮਿਨਿਸਟਰ ਵੀ ਉਹਨਾਂ ਦੇ ਜਿਹੜੇ ਜਿਹਨਾਂ ਦੇ ਬੱਚੇ ਮਿਨਿਸਟਰਾਂ ਦੇ ਲੋਕਾਂ ਨੂੰ ਮਾਰਦੇ ਆ ਉਹ ਵੀ ਤੁਹਾਡੀ ਵਜ਼ਾਰਤ ਦੇ ਵਿੱਚ ਕਾਇਮ ਹੈਗੇ ਆ, ਲੇਕਿਨ ਤੁਸੀਂ ਜਿਹੜੇ ਅਪੋਜੀਸ਼ਨ ਦੇ ਵਿੱਚ ਲੋਕ ਬੈਠੇ ਆ ਉਹਨਾਂ ਨੂੰ ਕਰਪਸ਼ਨ ਦਾ ਚਾਰਜ ਲਾ ਕੇ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਇਹ ਇਸ਼ੂ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਪੇਜ ਹੋਣਗੇ। ਹੁਣ ਕੀ ਇਸ ਸਾਰੇ ਨਰੇਟਿਵ ਨੂੰ ਜਿਹੜਾ ਇੰਡੀਆ ਬਲੌਕ ਹੈ ਆਪਣੇ ਢੰਗ ਨਾਲ ਵਰਤ ਸਕਦੀ ਹੈ? ਜੇ ਵਰਤ ਲੈਣਗੇ ਤੇ ਮੇਰੇ ਖਿਆਲ 'ਚ ਇਹ ਬੀਜੇਪੀ ਨੂੰ ਪੁੱਠਾ ਪੈ ਸਕਦਾ। ਕਮਜ਼ੋਰੀ ਹੁਣ ਉੱਥੇ ਹੋਏਗੀ ਜੇ ਇਸ ਗੱਲ ਨੂੰ ਐਕਸਪਲੈਟ ਨਹੀਂ ਕਰਦੇ ਝਾਰਖੰਡ ਨੂੰ ਤੇ ਇਹਨਾਂ ਰੇਟਸ। ਸਰਦਾਰ ਹਮੀਰ ਸਿੰਘ ਜੀ, ਮੈਂ ਇਹਦਾ ਇੱਕ ਦੂਜਾ ਐਂਗਲ ਵੀ ਸਮਝਣਾ ਚਾਹੁੰਦਾ ਹਾਂ ਤੁਹਾਡੇ ਤੋਂ। ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਬਿਹਤਰ ਗੱਲ ਕੀਤੀ ਆ ਕਿ ਜੇ ਪੋਲਿਟਿਕਸ ਵਿੱਚ ਐਥਿਕਸ ਦੀ ਗੱਲ ਆ ਤਾਂ ਦੋਹਰੇ ਮਾਪਦੰਡ ਕਿਉਂ, ਦੋਹਰੇ ਮਿਆਰ ਕਿਉਂ? ਪਰ
ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਉਂਦੀ ਹੈ ਤਾਂ ਉਸ ਵੇਲੇ ਉਹਨਾਂ ਦਾ ਟੋਟਲ ਨੈਰੇਟਿਵ ਕਰਪਸ਼ਨ ਖਿਲਾਫ ਸੀਗਾ। ਦੂਜਾ ਤੇ ਉਹਨਾਂ ਕੋਲ ਕੋਈ ਏਜੰਡਾ ਹੀ ਹੈ ਨਹੀਂ ਸੀ, ਨਾ ਕੋਈ ਵਿਚਾਰ ਹੈ ਤੇ ਨਾ ਕੋਈ ਉਸ ਤੋਂ ਬਾਅਦ ਉਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ। ਸਵਰਾਜ ਨਾਂ ਦੀ ਜਿਹੜੀ ਉਹ ਕਿਤਾਬਚਾ ਸੀ ਬੁਨਿਆਦੀ ਤੌਰ ਤੇ, ਤੇ ਪ੍ਰਸ਼ਾਸਨ ਨੂੰ ਲੈ ਕੇ ਉਹ ਚੱਲੇ ਨਾ ਕਿ ਅਸੀਂ ਖਾਮੀਆਂ ਦੂਰ ਕਰਾਂਗੇ। ਤੇ ਮੈਂ ਜੇ 2014 ਦੀ ਪਾਰਲੀਮਾਨੀ ਚੋਣ ਦੇਖਦਾ ਤੇ ਉਦੋਂ ਇਹਨਾਂ ਕੋਲ ਕਿਹੜੇ ਸਾਧਨ ਸੀ, ਕਿੰਨੇ ਕੁ ਪੈਸੇ ਸੀ ਭਲਾ? 50 ਵਿਧਾਨ ਸਭਾ ਦੇ ਵਿੱਚੋਂ ਇਹ ਲੀਡ ਲੈ ਗਏ ਤੇ 4 ਇਹਨਾਂ ਦੇ MP ਜਿੱਤ ਗਏ, 1 ਤੋਂ ਮਸਾ ਥੋੜੀ ਜਿਹੇ ਵੋਟਾਂ ਦੇ ਉੱਤੇ ਜਿਹੜਾ ਇਹਨਾਂ ਦਾ ਬੰਦਾ ਹਰਿਆ ਸੀ, ਨਹੀਂ ਤਾਂ 5 ਬਣਾ ਲੈਣੇ ਸੀ। ਉਸ ਤੋਂ ਬਾਅਦ ਇਹ ਪਾਰਟੀ ਹਰ ਚੋਣ ਦੇ ਵਿੱਚ ਦੂਜੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਪ੍ਰਚਾਰ ਕਰ ਰਹੀ ਆ। ਮਤਲਬ ਕੋਈ ਖੰਭਾ ਕੋਈ ਪੋਲ ਐਸਾ ਨਹੀਂ ਜਿਹਦੇ ਤੇ ਇਹਨਾਂ ਦੇ ਹੋਰਡਿੰਗ ਆਦਮਕਤ ਨਹੀਂ ਲੱਗਦੇ। ਹੁਣ ਇਹ ਸਾਰੀਆਂ ਸਾਈਟਸ ਪਹਿਲਾਂ ਪੰਜਾਬ ਦੇ ਵਿੱਚ ਵੀ ਬੁੱਕ ਕੀਤੀਆਂ ਗਈਆਂ ਸੀ, ਗੋਆ ਦੇ ਵਿੱਚ ਬੇਸ਼ੁਮਾਰ ਪ੍ਰਚਾਰ ਹੋਇਆ, ਗੁਜਰਾਤ ਦੇ ਵਿੱਚ ਬੇਸ਼ੁਮਾਰ। ਮਤਲਬ ਜਿਹੜੀ ਸਿਆਸਤ ਨੂੰ ਤੁਸੀਂ ਬਦਲਣ ਆਏ ਸੀ, ਤੁਸੀਂ ਉਹੀ ਸਿਆਸਤ ਨੂੰ ਟੂਲ ਬਣਾ ਲਿਆ। ਤੇ ਹੁਣ ਉਹ ਸੰਦ ਜਦੋਂ ਆਖਰ ਤਾਂ ਸਾਰੀਆਂ ਪਾਰਟੀਆਂ ਨੂੰ ਪਤਾ ਹੀ ਨਾ ਕਿ ਹੁੰਦਾ ਕਿ ਪੈਸਾ ਆਉਂਦਾ ਕਿੱਥੋਂ ਆ, ਤਰੀਕੇ ਕੀ ਆ, ਕੋਈ ਤੁਹਾਨੂੰ ਕੋਈ ਬਿਜ਼ਨਸਮੈਨ ਪੈਸੇ ਕਿਉਂ ਦਊਗਾ, ਕਾਰਪੋਰੇਟ ਘਰਾਣੇ ਕਿਉਂ ਦੇਣਗੇ ਜਿੰਨਾ ਚਿਰ ਤੁਸੀਂ ਕੋਈ ਫਾਇਦੇ ਨਹੀਂ ਦਿਓਗੇ। ਮੋਟੇ ਤੌਰ ਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਮਨੀ ਟ੍ਰੇਲ ਦੀ ਗੱਲ ਹੋ ਰਹੀ ਹੈ ਕਿ ਪਹਿਲੇ ਨਜ਼ਰ ਦੇ ਵਿੱਚ ਇੰਝ ਲੱਗ ਰਿਹਾ ਕਿ ਗੱਲ ਕੋਈ ਹੈਗੀ ਆ, ਤਾਂ ਫਿਰ ਇਹ ਚੀਜ਼ ਕੇਜਰੀਵਾਲ ਸਾਹਿਬ ਜਦੋਂ ਸ਼ੁਰੂਆਤ 'ਚ ਲੈ ਕੇ ਚੱਲੇ ਸੀ ਤੇ ਉਹਨਾਂ ਨੇ ਆਪਣੇ ਪੈਂਤੜੇ ਬਦਲ ਕੇ ਜਦੋਂ ਹੁਣ ਇਸ ਰਾਜਨੀਤੀ ਦੇ ਵਿੱਚ ਵੜੀ ਗਏ, ਜਿਹਨੂੰ ਉਹ ਬਦਲਣ ਲਈ, ਜਿਹਨੂੰ ਉਹ ਗੰਦ ਕਹਿੰਦੇ ਸੀ, ਚਿੱਕੜ ਕਹਿੰਦੇ ਸੀ, ਜਿਹਦੇ ਵਿੱਚ ਉਤਰਨ ਦੀ ਗੱਲ ਕਰਨਾ ਚਾਹੁੰਦੇ ਸੀ, ਤੇ ਉਹਨਾਂ ਨੇ ਕਿਹਾ ਵੀ ਉਤਰ ਕੇ ਵਿਖਾਓ, ਫਿਰ ਇਹ ਉਤਰੇ। ਲੇਕਿਨ ਇਹ ਉਸੇ ਚਿੱਕੜ ਨੂੰ ਉਸੇ ਚਿੱਕੜ ਦੇ ਨਜ਼ਰੀਏ ਤੋਂ ਹੀ ਲੈ ਕੇ ਬਹਿ ਗਏ, ਇਹਨਾਂ ਨੇ ਉਹਨੂੰ ਸਾਫ਼ ਤਾਂ ਕੀਤਾ ਹੀ। ਮੈਂ ਜਿਹੜੀ ਇਸ ਵੇਲੇ ਇਹਨਾਂ ਦੀ ਆਪਣੀ ਫਸੋ ਫਸਾਈ ਵਾਲੀ ਗੱਲ ਆ, ਇਹ ਆਪੀ ਆਪ ਸਹੇੜੇ ਮਾਮਲੇ ਨਹੀਂ, ਇੰਝ ਨਹੀਂ ਲੱਗਦਾ ਕਿ ਜੇ ਮੰਨ ਲਓ ਅੱਜ ਦੇ ਦਿਨ ਦੇ ਵਿੱਚ ਵੀ ਲੋਕ ਇਹਨਾਂ ਨੂੰ 2014 ਵਾਂਗ ਜੇ ਇਹ ਇਮਾਨਦਾਰੀ ਨਾਲ ਚੱਲਣ, ਉੱਦਾਂ ਹੀ ਲੋਕਾਂ ਦੇ ਸਭ ਤੋਂ ਬਿਹਤਰ ਨੁਮਾਇੰਦੇ ਦੇ ਦੇਣ, ਕੈਂਡੀਡੇਟ ਦੇ ਦੇਣ, ਤੇ ਉਸੇ ਤਰੀਕੇ ਨਾਲ ਚੱਲਣ ਵੀ ਅਸੀਂ ਇਹ ਇਮਾਨਦਾਰ ਰਾਜਨੀਤੀ, ਕੱਟੜ ਰਾਜਨੀਤੀ ਤਾਂ ਫਿਰ ਉਹੀ ਹੋਣੀ ਸੀ ਨਾ। ਚਲੋ ਅਸੀਂ ਆਪ ਜਾ ਕੇ ਹੱਥ ਧੇ ਲਿਆ ਜੀ, ਮਤਲਬ ਬਲਦੀ ਦੇ ਬੂਥੇ 'ਚ ਅਸੀਂ ਫਸ ਗਿਆ। ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਮਾਮਲਾ ਦੋਨੇ ਪਾਸਿਓਂ ਸੇਮ ਜਿਹਾ ਲੱਗੀ ਜਾਂਦਾ ਜੀ? ਇਹਨਾਂ ਨੇ ਉਹ ਟੂਲ ਵਰਤੇ, ਉਹਨਾਂ ਨੂੰ ਉਹਨਾਂ ਟੂਲਸ ਦਾ, ਉਹਨਾਂ ਸੰਦਾਂ ਦਾ ਪਤਾ, ਉਹਨਾਂ ਹਥਿਆਰਾਂ ਦਾ, ਸੋ ਲੜਾਈ ਤਾਂ ਫਿਰ ਉੱਥੇ ਆ ਗਈ ਨਾ ਕਿ ਅਸੀਂ ਜਾਣੂ ਆ ਜੀ, ਤੇ ਸਾਨੂੰ ਪਤਾ ਹੈ ਨਿਸ਼ਾਨਦੇਹੀ ਕਰ ਦਿਆਂਗੇ ਜੀ, ਤੁਹਾਡੀ ਕੱਟੜਤਾ ਉਡਾ ਦਿਆਂਗੇ ਜੀ, ਇਹੀ ਗੱਲ। ਅਸਲ ਦੇ ਵਿੱਚ ਜਿਹੜਾ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ, ਕੋਈ ਇੱਕ ਮੁੱਦਾ ਲੈ ਕੇ ਉੱਥੇ ਮੂਵਮੈਂਟ ਬਣਦੀ ਹੈ ਤੇ ਉਹ ਮੁੱਦਾ ਉਹ ਪੂਰਾ ਪੋਲੀਟੀਕਲੀ ਛਾ ਜਾਂਦੇ ਨੇ ਤੇ ਉਹਦੇ ਚੋਂ ਗੌਰਮੈਂਟ ਨਿਕਲ ਆਉਂਦੀ ਹੈ। ਇਹ ਕਦੇ ਵੀ ਨਹੀਂ ਪੋਲੀਟਿਕਸ ਦਾ ਇਹ ਹਿੱਸਾ ਹੁੰਦਾ, ਪਰ ਇਹ ਇੱਕ ਨਵਾਂ ਫਨੋਮਨਾ ਸੀ, ਨਵਾਂ ਵਰਤਾਰਾ ਸੀ ਉਸ ਮਾਮਲੇ ਦੇ ਉੱਤੇ। ਇਦੋਂ ਪਹਿਲਾਂ ਪੋਲੀਟੀਕਲ ਧਿਰਾਂ ਜਿਹੜੀਆਂ ਨੇ ਉਹ ਡਿਫਰੈਂਟ ਇਸ਼ੂਜ਼ ਤੇ ਬੇਸਿਕ ਇਸ਼ੂ ਬਣਾਉਂਦੇ ਨੇ, ਆਪਣਾ ਫੰਡਾਮੈਂਟਲ ਪ੍ਰੋਗਰਾਮ ਬਣਾਉਂਦੀਆਂ ਨੇ, ਆਪਣਾ ਕੋਈ ਗੋਲ ਤੈਅ ਕਰਦੀਆਂ ਨੇ ਕਿ ਸਾਡਾ ਕੀ ਹੈ। ਪੁਰਾਣੀਆਂ ਕੋਈ ਵੀ ਟ੍ਰੈਡੀਸ਼ਨਲ ਪਾਰਟੀਆਂ ਦੇਖੋ, ਜਿਵੇਂ ਜਿਵੇਂ ਉਹ ਐਵੂਲੇਟ ਹੋਈਆਂ ਤੇ ਉਹਨਾਂ ਨੂੰ ਆਪੋ ਆਪਣੇ ਏਜੰਡੇ ਉਹਨਾਂ ਕੋਲ ਸੀ, ਚਾਹੇ ਉਹ ਰੀਜਨਲ ਪਾਰਟੀਆਂ ਸੀ, ਚਾਹੇ ਉਹ ਵੱਖ ਵੱਖ ਮਾਮਲੇ ਸੀ। ਇਹ ਐਂਟੀ ਕਰਪਸ਼ਨ ਵੇਵ ਦੇ ਘਰਾਣੇ ਚੜ੍ਹੇ, ਪਹਿਲਾਂ ਤਾਂ ਕਾਰਪੋਰੇਟ ਟੋਟਲ ਮੀਡੀਆ ਨੇ, ਕਾਰਪੋਰੇਟ ਘਰਾਣਿਆਂ ਤੋਂ ਲੈ ਕੇ ਟੋਟਲ ਮੀਡੀਆ ਨੇ ਲਗਾਤਾਰ, ਮਤਲਬ ਮਹੀਨਿਆਂ ਬੱਧੀ 24 ਘੰਟੇ ਆਮ ਆਦਮੀ ਪਾਰਟੀ ਦਾ ਹੀ ਜਿਵੇਂ ਅਵਤਾਰ ਉਤਰਿਆ ਹੁੰਦਾ ਉਦੋਂ ਆਮ ਆਦਮੀ ਪਾਰਟੀ ਦੀ ਮੂਵਮੈਂਟ, ਉਦੋਂ ਪਾਰਟੀ ਨਹੀਂ ਸੀ, ਮੂਵਮੈਂਟ ਜਦੋਂ ਅੰਨਾ ਹਜ਼ਾਰੇ ਦੀ ਸੀ। ਜਿਵੇਂ ਇਸ ਦੇਸ਼ 'ਚ ਹੋਰ ਕੁੱਝ ਨਹੀਂ ਹੋ ਰਿਹਾ, 24 ਘੰਟੇ ਇੱਕੋ ਹੀ ਗੱਲ ਹੋ ਰਹੀ ਹੈ ਸਾਰਾ ਦੇਸ਼ 'ਚ ਅੰਦੋਲਨ 'ਚ ਹੈ। ਇਸ ਲਈ ਇਹ ਮੀਡੀਆ ਦੀ ਕ੍ਰੀਏਸ਼ਨ ਪਾਰਟੀ ਸੀ, ਪ੍ਰਚਾਰ ਦੀ ਕ੍ਰੀਏਟਡ ਪਾਰਟੀ ਹੈ, ਔਰ ਪ੍ਰਚਾਰ ਤੋਂ ਹੀ ਇਹਨਾਂ ਨੂੰ ਤਾਕਤ ਮਿਲੀ। ਇਸੇ ਲਈ ਇਹਨਾਂ ਦਾ ਫੰਡਾਮੈਂਟਲ ਕੰਮ ਹੀ ਇਹ ਬਣ ਗਿਆ ਕਿ ਪ੍ਰਚਾਰ ਕਿੰਨਾ ਕਰ ਸਕਦੇ। ਹੁਣ ਪ੍ਰਚਾਰ ਹਰ ਵਾਰ ਉਹ ਤਾਂ ਹੋਊਗਾ ਨਹੀਂ ਕਿ ਤੁਸੀਂ ਇਕੱਲਾ ਐਂਟੀ ਕਰਪਸ਼ਨ ਇੱਕ ਤੇ ਕਰੀ ਜਾਓਗੇ ਬੈਠੇ। ਜਦ ਤੁਸੀਂ ਸੱਤਾ 'ਚ ਆ ਜਾਂਦੇ ਹੋ ਉਦੋਂ ਤੁਹਾਨੂੰ ਜ਼ਿੰਮੇਵਾਰੀਆਂ ਦਾ ਨਿਰਵਾਹਣ ਵੀ ਕਰਨਾ ਪੈਂਦਾ, ਉਦੋਂ ਇਕੱਲਾ ਪ੍ਰਚਾਰ ਨਹੀਂ ਕੰਮ ਕਰਨਾ।
ਨਾਲੇ ਹਰ ਵਾਰੀ ਫ੍ਰੀ ਪ੍ਰਚਾਰ ਨਹੀਂ ਹੁੰਦਾ, ਨਹੀਂ ਉਹ ਮੀਡੀਆ ਤੱਕ ਕਿਵੇਂ ਪ੍ਰਚਾਰ ਕਰ ਰਿਹਾ ਸੀ, ਉਹ ਇੱਕ ਡਿਜ਼ਾਇਨ ਦਾ ਹਿੱਸਾ ਸੀ ਓਵਰਆਲ। ਔਰ ਬੀਜੇਪੀ ਆਈ ਉਹ ਤਾਂ ਕਿਉਂਕਿ ਬੀਜੇਪੀ ਕਾਂਗਰਸ ਦੇ ਖਿਲਾਫ ਜਿਹੜਾ ਨੈਰੇਟਿਵ ਸਿਰਜ ਰਹੀ ਸੀ ਉਹਦੇ ਨਾਲ ਕਾਂਗਰਸ ਓਡੀ ਡੀਫੇਮ ਨਹੀਂ ਸੀ ਹੋ ਸਕਦੀ, ਕੋਈ ਇੰਡੀਪੈਂਡੈਂਟ ਧਿਰ ਚਾਹੀਦੀ ਸੀ ਜਿਹੜੀ ਉਹਨੂੰ ਡੀਫੇਮ ਕਰੇ, ਤੇ ਫਿਰ ਉਹਦਾ ਜਿਹੜਾ ਭਰਪਾਈ ਜਿਹੜੀ ਹੈ ਗਰਾਊਂਡ ਦੇ ਵਿੱਚ ਉਹ ਬੀਜੇਪੀ ਨੇ ਬਿਲਕੁਲ ਸਕਸੈਸਫੁਲੀ ਆਰਐਸਐਸ ਨੇ ਇਸ ਪੂਰੀ ਮੂਵਮੈਂਟ ਨੂੰ ਇਸਤੇਮਾਲ ਕੀਤਾ, ਵਰਤੋਂ ਚ ਲਿਆਂਦਾ, ਤੇ ਉਦੋਂ ਬਾਅਦ ਉਹ ਵਿਡਰਾ ਕਰ ਗਏ ਜਿੰਨਾ ਕੰਮ ਸੀ ਕੰਮ ਹੋਇਆ, ਤੇ ਕਾਰਪੋਰੇਟ ਵਿਡਰਾ ਕਰ ਗਿਆ, ਕਾਰਪੋਰੇਟ ਮੋਦੀ ਨਾਲ ਸਾਈਡ ਕਰ ਗਿਆ, ਤੁਹਾਡੇ ਨਾਲ ਕਿਉਂ ਕਰੂਗਾ ਜਿਹੜੇ ਸਾਰੇ ਵਰਤਾਰੇ ਚੋਂ ਆਇਆ। ਨਰਿੰਦਰ ਮੋਦੀ ਦਾ ਐਜ ਏ ਪ੍ਰਾਈਮ ਮਿਨਿਸਟਰ ਆਉਣਾ ਤੇ ਕਾਂਗਰਸ ਦੇ ਸਾਰੇ ਫੰਡੇ ਦੇ ਖਿਲਾਫ ਇੱਕ ਮੂਵਮੈਂਟ ਨੂੰ ਹਵਾ ਦੇਣਾ, ਇਹ ਸਾਰਾ ਇੱਕ ਓਵਰਆਲ ਡਿਜ਼ਾਇਨ ਦਾ ਪਾਰਟ ਹੈ। ਇਸੇ ਕਰਕੇ ਉਦੋਂ ਬਾਅਦ ਹੁਣ ਤੁਹਾਡੇ ਨਾਲ ਕਿਵੇਂ ਹੋਊਗਾ, ਤੁਹਾਡੇ ਨਾਲ ਓਡਾ ਕੁ ਕੋਈ ਹੋਊਗਾ ਜਿੰਨਾ ਕੋਈ ਥੋੜਾ ਬਹੁਤ ਨਾਲ ਚੱਲਦੇ ਨੇ, ਜਿੰਨੀ ਕੁ ਤਾਕਤ ਹੁੰਦੀ ਹੈ ਉਨੀ ਉਨੀ ਕੁ ਭੁਗਤਾਨ ਹੋਈ ਜਾਂਦਾ, ਇਹ ਚ ਕੋਈ ਦੋ ਰਾਵਾਂ ਨਹੀਂ ਹੈ। ਪਰ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਇਸ ਚੱਕਰ ਚ, ਕਿਉਂਕਿ ਇੱਕ ਗੱਲ ਇਹ ਵੀ ਹੈ ਜਦੋਂ ਆਮ ਆਦਮੀ ਪਾਰਟੀ ਬਣ ਵੀ ਗਈ, ਆਮ ਆਦਮੀ ਪਾਰਟੀ ਬਣਨ ਤੱਕ ਵੀ ਮੀਡੀਆ ਇਹਨਾਂ ਦੇ ਨਾਲ ਚੱਲਿਆ, ਇੱਕ ਹੱਦ ਤੱਕ ਕਾਫੀ ਹੱਦ ਤੱਕ ਚੱਲਿਆ, ਔਰ ਆਪ ਮੁਹਾਰੇ ਚੱਲਿਆ, ਇਸ ਕਰਕੇ ਕਿ ਇਹਨੂੰ ਇੰਨੀ ਹਵਾ ਦੇਣੀ ਤਾਂ ਜ਼ਰੂਰੀ ਹੈ ਨਾ, ਇੱਥੇ ਤੱਕ ਜਾਣਾ ਤਾਂ ਜ਼ਰੂਰੀ ਹੈ ਵੀ ਜੇ ਇਕੱਲੀ ਉਹਨੇ ਨਾਲ ਕੰਮ ਹੋ ਗਿਆ, ਇਕੱਲਾ ਡੈਮੇਜ ਨਾਲ ਨਹੀਂ ਵੋਟਾਂ ਦੇ ਪ੍ਰੋਸੈਸ ਦੇ ਵਿੱਚ ਵੀ ਉਹ ਜਿਹੜਾ ਰੋਲ ਕਿਤੇ ਨਾ ਕਿਤੇ ਆਉਣਾ ਚਾਹੀਦਾ। ਇਸੇ ਕਰਕੇ ਉਹਨਾਂ ਦੀ ਖਾਹਿਸ਼ ਫਿਰ ਦਿੱਲੀ ਤੋਂ ਵੱਡੀ ਹੋਊਗੀ, ਨੈਸ਼ਨਲ ਲੈਵਲ ਦੀ ਹੋਊਗੀ। ਪਹਿਲਾਂ ਹੀ ਜਾ ਕੇ 412 ਬੰਦੇ ਖੜੇ ਕਰਦੇ ਹੋ ਤੁਸੀਂ ਉਸੇ 2014 ਦੀ ਇਲੈਕਸ਼ਨ ਦੇ ਵਿੱਚ, 412 ਚ ਬਹੁਤਾ ਨਹੀਂ ਹੋਇਆ, ਕੇਵਲ 18 ਬੰਦਿਆਂ ਦੀ ਜ਼ਮਾਨਤ ਬਚੀ ਸੀ, ਔਰ ਉਹਦੇ ਚ ਮੈਜੋਰਿਟੀ ਪੰਜਾਬ ਤੇ ਦਿੱਲੀ ਹੈ, ਕੇਵਲ ਮਹਾਰਾਸ਼ਟਰ ਚ ਇੱਕ ਦੀ ਜ਼ਮਾਨਤ ਬਚੀ ਸੀ, ਬਾਕੀ ਇੰਡੀਆ ਚ ਨਹੀਂ ਅਡੋਪਟ ਕੀਤਾ ਗਿਆ ਕੇਜਰੀਵਾਲ ਮਾਡਲ ਜਾਂ IDP ਦਾ ਮਾਡਲ ਉਸ ਪੱਧਰ ਦੇ ਉੱਤੇ ਉਦੋਂ ਬਾਅਦ ਜਾ ਕੇ, ਕਿਉਂਕਿ ਪੰਜਾਬ ਹੋਰ ਤਰ੍ਹਾਂ ਕੰਮ ਕਰ ਰਿਹਾ ਸੀ। ਪਰ ਉਹਦੇ ਬਾਵਜੂਦ ਫਿਰ ਇਹਨਾਂ ਨੂੰ ਇਹ ਲੱਗਿਆ ਕਿ ਜਿਵੇਂ ਦਿੱਲੀ ਚ ਪ੍ਰਚਾਰ ਕੀਤਾ ਇਹਨਾਂ ਨੇ, ਉਹੀ ਪ੍ਰਚਾਰ ਦਾ ਅਸਰ ਪੰਜਾਬ ਚ ਦੇਖਿਆ, ਫਿਰ ਪੰਜਾਬ ਦੇ ਪੈਸੇ ਨਾਲ ਉੱਥੇ ਦੇਖੇ ਕੀਤਾ ਪ੍ਰਚਾਰ, ਤੇ ਇਹ ਪ੍ਰਚਾਰ ਉਹਨਾਂ ਨੂੰ ਇਹ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ ਨੈਰੇਟਿਵ ਦੀ ਸਿਰਜਣਾ ਹਕੀਕਤ ਤੇ ਭਾਰੂ ਪੈਂਦੀ ਹੈ, ਤੇ ਉਹ ਹਕੀਕਤ ਤੇ ਭਾਰੂ ਪੈਣ ਦੇ ਵਾਸਤੇ ਤੁਹਾਨੂੰ ਮੀਡੀਆ ਚਾਹੀਦਾ, ਪ੍ਰਚਾਰ ਦੇ ਸਾਧਨ ਚਾਹੀਦੇ ਨੇ, ਉਹ ਦੋ ਕੰਮਾਂ ਕਰਕੇ ਚਾਹੀਦੇ ਨੇ। ਇਕੱਲਾ ਇਹ ਨਹੀਂ ਕਿ ਤੁਸੀਂ ਵਧੀਆ ਇਸ ਕਰਕੇ, ਦੂਜੇ ਜਿਹੜੇ ਲੋਕ ਕੰਮ ਕਰ ਰਹੇ ਨੇ, ਚਾਹੇ ਉਹ ਮਾਸ ਮੂਵਮੈਂਟ ਵਾਲੇ ਹੋਣ ਚਾਹੇ ਜਿਹੜੇ ਮਰਜ਼ੀ, ਉਹਨਾਂ ਦੀ ਜਗ੍ਹਾ ਅਖਬਾਰਾਂ ਚੋਂ ਗਾਇਬ ਕਰਨਾ, TV ਚੈਨਲਾਂ ਤੋਂ ਉਹਨਾਂ ਦੀ ਸਪੇਸ ਕ੍ਰੀਏਟ ਜਿਹੜੀ ਉਹਨਾਂ ਲਈ ਹੁੰਦੀ ਹੈ ਉਹ ਕਿਵੇਂ ਖਰੀਦ ਲੈਣਾ, ਉਹ ਕਿਸੇ ਵੀ ਰੂਪ ਦੇ ਵਿੱਚ ਖਰੀਦਣਾ, ਪੈਸੇ ਦੇ ਰੂਪ ਦੇ ਵਿੱਚ ਐਡਵਰਟਾਈਜਮੈਂਟ ਦਾ ਐਡਾ ਵੱਡਾ ਖਰਚ ਕਰਕੇ, ਉਹਦੇ ਨਾਲ ਤੁਸੀਂ ਉਹ ਦਿਖਦੇ ਹੋ ਜਦੋਂ, ਉਹ ਕਹਿੰਦੇ ਨੇ ਜਿਹੜਾ ਦਿਖਦਾ ਉਹੀ ਲੋਕਾਂ ਦੇ ਹੌਲੀ ਹੌਲੀ ਜਿਹਨ ਚ ਬਹਿੰਦਾ ਕਿਵੇਂ ਨਾ ਕਿਵੇਂ ਜਾ ਕੇ, ਉਹ ਅਲੱਗ ਗੱਲ ਹੈ ਕਿ ਇਹ ਜ਼ਰੂਰੀ ਨਹੀਂ ਹਿਊਮਨ ਮਾਇੰਡ ਨੂੰ ਕੈਪਚਰ ਲੰਬੇ ਸਮੇਂ ਤੱਕ ਕਰ ਸਕਦਾ, ਔਰ ਕਿੰਨਾ ਚਿਰ ਕਰ ਸਕਦਾ ਕਿੰਨਾ ਚਿਰ ਨਹੀਂ ਕਰ ਸਕਦਾ ਉਹ ਇੱਕ ਅਲੱਗ ਗੱਲ ਹੈ। ਇਹ ਵੀ ਪੰਜਾਬ ਦੀ ਇੱਕ ਕਹਾਵਤ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ, ਕਈ ਵਾਰ ਇੱਕ ਗੱਲ ਇੱਕੋ ਤਰੀਕਾ ਵਾਰ ਵਾਰ ਨਹੀਂ ਅਜਮਾਇਆ ਜਾ ਸਕਦਾ ਹੁੰਦਾ, ਉਹ ਇੱਕ ਵਾਰ ਜਾਂ ਵੱਧ ਤੋਂ ਵੱਧ 2 ਵਾਰ ਅਜਮਾਇਆ ਜਾਂਦਾ ਤੇ ਹੋਰ ਤਰੀਕੇ ਦੀ ਗੱਲ ਹੈ। ਇਸੇ ਕਰਕੇ ਇਹ ਸਾਰੇ ਮਾਮਲੇ ਨੂੰ ਜਿਹੜਾ ਇਹ ਕਿਹਾ ਜਾਂਦਾ ਕਿ ਪ੍ਰਚਾਰ ਇੰਨਾ ਕਰ ਦੋ ਕਿ ਅਸੀਂ ਤਾਂ ਪਤਾ ਨੀ ਕੀ ਕਰ ਦਿੱਤਾ ਹੋਇਆ, ਔਰ ਉਹ ਪ੍ਰਚਾਰ ਜੇ ਗਰਾਊਂਡ ਤੇ ਨਾ ਹੋਵੇ, ਉਹ ਪ੍ਰਚਾਰ ਚੰਦਰ ਬਾਬੂ ਨਾਇਡੂ ਦਾ ਵੀ ਸੀਗਾ, ਹਾਲਾਂਕਿ ਨਾਇਡੂ ਦਾ ਤਾਂ ਕੀਤਾ ਹੋਇਆ ਕੰਮ ਸੀ, ਜਿਹਨੇ ਕਿਹਾ ਕਿ IT ਬੁਆਏ ਆ ਉਹ ਪੰਜਾਬ ਦੇਸ਼ ਦਾ ਹੈਦਰਾਬਾਦ ਦੇ ਵਿੱਚ, ਔਰ IT ਆ ਕੇ ਹੈਦਰਾਬਾਦ ਰੁਕੀ, ਉਹ ਹੱਬ ਬਣੀ ਦੇਸ਼ ਦੀ, ਪਰ ਉਹਨੇ ਕਿਸਾਨ ਤੇ ਮਜ਼ਦੂਰ ਬਿਲਕੁਲ ਸਾਈਡਲਾਈਨ ਕਰਤੇ। ਚੰਦਰ ਬਾਬੂ ਨਾਇਡੂ ਦੀ ਪੋਲਿਟਿਕਸ ਸੁੰਗੜ ਗਈ 25 ਸਾਲਾਂ ਤੋਂ, ਤੇ ਉਹ ਨਹੀਂ ਉੱਥੇ ਤੱਕ ਜਾ ਸਕੀ ਉਦੋਂ ਬਾਅਦ ਮੁੜ ਕੇ। ਇਸ ਲਈ ਐਡੇ ਵੱਡੇ ਦੇਸ਼ ਚ ਕੇਵਲ ਆ ਮਿਲ ਗੋਬਾ ਇਕੱਲਾ ਮੀਡੀਆ ਇਕੱਲਾ ਉਹ ਨਹੀਂ, ਜਿਹੜੇ ਮੀਡੀਆ ਤੋਂ ਹੇਠਾਂ ਬੈਠੇ ਲੋਕ ਨੇ
ਉਹਨਾਂ ਦੀਆਂ ਜ਼ਿੰਦਗੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ, ਜਦੋਂ ਉਹ ਫੈਸਲਾ ਲੈਂਦੇ ਨੇ ਹੋਰ ਤਰੀਕੇ ਦੇ ਨਾਲ, ਤਾਂ ਇਹ ਸਾਰੀਆਂ ਵੱਡੀਆਂ ਸਰਕਾਰਾਂ ਵੱਡੇ ਵੱਡੇ ਡਗਮਗਾਉਂਦੇ ਨੇ। ਔਰ ਬੀਜੇਪੀ ਦੇ ਮਾਮਲੇ 'ਚ ਵੀ ਤੁਸੀਂ ਦੇਖ ਸਕਦੇ ਹੋ, ਜਦੋਂ ਸਾਊਥ ਤੇ ਨੌਰਥ ਦਾ ਡਿਵਾਈਡ ਇੱਕ ਲੈਵਲ ਦਾ ਖੜਾ ਦਿਖਾਈ ਦੇਣ ਲੱਗ ਗਿਆ ਹੋਵੇ, ਜਦੋਂ ਆਪਣੇ ਏਜੰਡੇ ਤੇ ਸ਼ੰਕਰਾਚਾਰੀ ਅਲੱਗ ਖੜੇ ਦਿਖਾਈ ਦੇਣ ਲੱਗ ਗਏ ਹੋਣ, ਜਦੋਂ ਵੱਖ ਵੱਖ ਟਾਈਪ ਦੀਆਂ ਚੀਜ਼ਾਂ ਹੋਣ, ਉੱਥੇ ਵੀ ਇਹੀ ਗੱਲ ਵਾਪਰ ਰਹੀ ਹੈ। ਸਾਡੇ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਇਹੀ ਸੋਚਿਆ ਸੀ ਕਿ ਪ੍ਰਚਾਰ ਕਰਾਂਗੇ ਬਹੁਤ ਜ਼ਿਆਦਾ, ਤੇ ਉਹਨਾਂ ਦਾ ਕਿਵੇਂ ਗ੍ਰਾਫ ਡਿੱਗਿਆ ਲਗਾਤਾਰ ਪ੍ਰਚਾਰ, ਵਿਕਾਸ ਦਾ ਪ੍ਰਚਾਰ ਕਰਦੇ ਹੋਏ ਵੀ, ਔਰ ਵਿਕਾਸ ਦਾ ਇਕੱਲਾ ਪ੍ਰਚਾਰ ਨਹੀਂ ਕੀਤਾ ਵੀ ਉਹਨਾਂ ਨੇ ਕੰਮ, ਪੁਲ ਤੇ ਨਾ ਸੜਕਾਂ ਤਾਂ ਬਣੀਆਂ ਹੀ ਨੇ ਨਾ, ਇਹ ਤਾਂ ਨਹੀਂ ਕਿ ਨਹੀਂ ਬਣੀਆਂ ਇਹੋ ਜਿਹਾ ਕੁਛ ਵਗੈਰਾ ਗਰਾਊਂਡ ਤੇ, ਪਰ ਜਿਹੜੀਆਂ ਦੂਜੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੂੰ ਹਿੱਟ ਕਰਦੀਆਂ, ਗਰਾਊਂਡ ਰਿਐਲਿਟੀ ਨਾਲ ਜੁੜੇ ਤੋਂ ਬਿਨਾਂ ਇਕੱਲਾ ਪ੍ਰਚਾਰ ਕੰਮ ਨਹੀਂ ਕਰਦਾ ਜੀ। ਇੱਕ ਸਵਾਲ ਤੁਸੀਂ ਉਠਾਇਆ ਕਿ ਕੇਜਰੀਵਾਲ ਦੀ ਉਸ ਮੂਮੈਂਟ ਨੇ ਜਿਹਦੇ ਸੈਂਟਰ ਦੇ ਵਿੱਚ ਅੰਨਾ ਹਜ਼ਾਰੇ ਸੀਗੇ, ਉਹਨੇ ਬੀਜੇਪੀ ਨੂੰ ਪੌੜੀਆਂ ਫਰਾਹਮ ਕੀਤੀਆਂ ਸੱਤਾ ਲਈ। ਹੁਣ ਜੇ ਕਹਿੰਦੇ ਹੁੰਦੇ ਨਾ, ਜੇ ਕਿਸੇ ਨੂੰ ਇੱਕ ਵਾਰੀ ਵਰਤਿਆ ਹੋਵੇ ਉਹਦੇ ਪ੍ਰਤੀ ਇੱਕ ਨਰਮ ਗੋਸ਼ਾ ਜਿਹਾ ਤੇ ਹੁੰਦਾ ਹੀ ਆ ਨਾ, ਆਸਾਨ ਪ੍ਰਮੋਸ਼ੀ ਮੰਨੀ ਜਾਂਦੀ ਆ। ਬੀਜੇਪੀ ਜਾਂ ਇਹਦੀ ਲੀਡਰਸ਼ਿਪ ਜਾਂ ਪ੍ਰਧਾਨ ਮੰਤਰੀ ਇੰਨੇ ਨਰਮੋਏ ਕਿਉਂ ਹੋ ਗਏ ਇਹਨਾਂ ਪ੍ਰਤੀ? ਚਲੋ ਇਹ ਤਾਂ ਅਸੀਂ ਥੋੜਾ ਜਿਹਾ ਲਾਈਟ ਮੂਡ ਚ ਗੱਲ ਕਰਦੇ ਹਾਂ। ਮੈਂ ਸਰਦਾਰ ਜਗਤਾਰ ਸਿੰਘ ਜੀ ਦੂਜੇ ਮੁੱਦੇ ਤੇ ਆ ਜਾਣਾ ਹੁਣ ਅਸੀਂ ਪੰਜਾਬ ਦੇ ਵਿੱਚ ਛੋਟਾ ਜਿਹਾ ਵੀ ਅੱਗੇ ਤੋਰਦੇ ਹਾਂ ਨਾ, ਇਹ ਥੋੜਾ ਪੂਰਾ ਕਰ ਦਈਏ ਹੁਣ ਜਿਹੜੀ ਗੱਲ ਵੀਰ ਜੀ ਨੇ ਕੀਤੀ ਹੈ ਨਾ, ਉਹ ਮੈਂ ਥੋੜੀ ਜਿਹੀ ਪੂਰੀ ਕਰ ਦਿਆਂ ਜੀ। ਇਹ ਪਾਰਟੀ ਦਾ ਡਿਜ਼ਾਈਨ ਸੀਗਾ ਸੰਘ ਪਰਿਵਾਰ ਦਾ, ਜਿਹੜਾ ਕਿਹਾ ਜਾਂਦਾ ਨਾ ਬਈ ਇਹ ਸੰਘ ਪਰਿਵਾਰ ਦੀ ਪੈਦਾਇਸ਼ ਹੈ ਤੇ ਬੀਜੇਪੀ ਦੀ ਨੰਬਰ 2 ਪਾਰਟੀ ਹੈ, ਉਹ ਸੱਚਾਈ ਹੈ। ਉਹਦੇ ਵਿੱਚ ਉਹਨਾਂ ਨੇ ਪਾਰਟੀ ਇਹ ਜਿਹੜੀ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਹੈ ਇਹਦੇ ਵਿੱਚ ਨਿਕਲੀ ਪਾਰਟੀ ਹੈ, ਇਹ ਡਿਜ਼ਾਇਨ ਕੀਤੀ ਸੀਗੀ ਸੰਘ ਪਰਿਵਾਰ ਦੇ ਇੰਸਟੀਚਿਊਟ ਨੇ ਦਿੱਲੀ ਦੇ ਵਿੱਚ, ਤੇ ਉਹਦਾ ਸਿੱਧਾ ਨਿਸ਼ਾਨਾ ਸੀ ਕਾਂਗਰਸ। ਉਦੋਂ ਮੇਰੇ ਖਿਆਲ ਦੇ ਵਿੱਚ ਇਹ ਨਹੀਂ ਸੀ ਵੀ ਇਹਦੇ ਵਿੱਚੋਂ ਕੋਈ ਪਾਰਟੀ ਨਿਕਲੇਗੀ, ਉਸ ਵੇਲੇ ਸਿਰਫ ਤੇ ਸਿਰਫ ਨਿਸ਼ਾਨਾ ਕਾਂਗਰਸ ਨੂੰ ਹਿੱਟ ਕਰਨਾ ਸੀਗਾ, ਔਰ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਹਿੱਟ ਕੀਤਾ ਚਾਰੇ ਪਾਸਿਓਂ। ਉਹ ਜਿਹੜੇ ਚਾਰਜਸ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਤੇ ਲੱਗੇ ਉਹ ਮੁੜ ਕੇ ਕਦੇ ਪ੍ਰੂਵ ਹੀ ਨਹੀਂ ਹੋਏ, ਉਹ ਸਾਰੇ ਕੇਸ ਹੀ ਉੱਡ ਗਏ। ਲੇਕਿਨ ਇੱਕ ਮੁਲਕ ਦੇ ਵਿੱਚ ਐਡੀ ਵੱਡੀ ਪਰਸੈਪਸ਼ਨ ਬਿਲਡ ਕਰਤੀ ਕਰਪਸ਼ਨ ਕਰਪਸ਼ਨ ਕਰਪਸ਼ਨ, ਉਹ 2 ਲੱਖ ਕਰੋੜ ਦਾ ਜਿਹੜਾ ਆਪਣਾ ਟੈਲੀਕਾਮ ਸੈਕਟਰ ਦਾ ਸਕੈਂਡਲ, ਟੂ ਜੀ ਸਕੈਂਡਲ ਵਿੱਚ ਕੁਛ ਨਹੀਂ ਨਿਕਲਿਆ, ਇੱਕ ਪਰਸੈਪਸ਼ਨ ਬਿਲਡ ਕੀਤੀ ਬਹੁਤ ਤਕੜੀ ਵੀ ਕਰਪਸ਼ਨ ਕਾਂਗਰਸ ਹੀ ਕਰਪਟ ਹੈ। ਬੀਜੇਪੀ ਦੀਆਂ ਸਰਕਾਰਾਂ ਵੀ ਸਟੇਟਾਂ 'ਚ ਰਹੀਆਂ, ਕੀ ਪਹਿਲਾਂ ਉਹ ਕਰਪਟ ਨਹੀਂ ਸੀਗੀਆਂ? ਪਹਿਲਾਂ ਬੀਜੇਪੀ ਦੀ ਸਰਕਾਰ ਵੀ ਰਹੀ ਕੇਂਦਰ ਦੇ ਵਿੱਚ, ਕੀ ਉਹਦੇ 'ਚ ਕਰਪਸ਼ਨ ਹੈ ਨਹੀਂ ਸੀ ਬਿਲਕੁਲ ਹੀ? ਸੋ ਉਹਦੇ ਵਿੱਚੋਂ ਇਹ ਪਾਰਟੀ ਨਿਕਲੀ 2017 ਦੇ ਵਿੱਚ, ਜਿਹੜੀ ਗੱਲ ਤੁਸੀਂ ਕੀਤੀ ਵੀ ਬਿਨਾਂ ਪੈਸੇ ਤੋਂ ਲੜੇ ਪਹਿਲੀ ਵਾਰੀ, ਪਹਿਲੀ ਵਾਰੀ ਤਾਂ ਅਰਵਿੰਦ ਕੇਜਰੀਵਾਲ ਜੀ ਨਰਿੰਦਰ ਮੋਦੀ ਦੇ ਖਿਲਾਫ਼ ਲੜੇ ਸੀ ਵਾਰਾਣਸੀ, ਉੱਥੇ ਵੀ ਖਰਚਾ ਹੋਇਆ ਆਪਣਾ। ਪੰਜਾਬ ਦਾ ਜਿਹੜਾ ਇਨਫੋਰਮੇਸ਼ਨ 2017 ਦੀ ਜਿਹੜੀ ਆ ਰਹੀ ਸੀ ਅਸੈਂਬਲੀ ਇਲੈਕਸ਼ਨ 'ਚ, ਉਹ ਕਹਿੰਦੇ ਵੀ ਜਿਹੜੇ ਇਹਨਾਂ ਦੇ ਲੋਕਲ ਲੀਡਰ ਹੈਗੇ ਆ, ਦੋ ਹੀ ਮੇਨ ਸੀਗੇ, ਕਹਿੰਦੇ ਵੀ ਜਦੋਂ ਕੋਈ ਜਾਂਦਾ ਹੈ ਟਿਕਟ ਲੈਣ ਉਹਨੂੰ ਪੁੱਛਦੇ ਵੀ ਤੇਰੇ ਕੋਲ ਪੈਸੇ ਕਿੰਨੇ ਹੈ, ਕਿੰਨੇ ਪੈਸੇ ਖਰਚ ਸਕਦੇ। ਇਹ ਨਾਰਮਲ ਗੱਲ ਸੀਗੀ, ਇਹ ਫਿਰ ਗੱਲ ਖੁੱਲ ਕੇ ਬਾਹਰ ਆਈ ਸੀਗੀ। ਸੋ ਪੈਸੇ ਦਾ ਮਾਮਲਾ ਉਦੋਂ ਵੀ ਆ ਗਿਆ ਸੀ, ਪੰਜਾਬ ਵਾਲੇ ਲੋਕ ਇਹ ਖੁਦ ਵੀ ਹੈਰਾਨ ਸੀ, ਕਹਿੰਦੇ ਇੱਥੇ ਤਾਂ ਲੋਕ ਆਪਣੇ ਥੈਲੇ ਭਰੀ ਫਿਰਦੇ ਪੈਸਿਆਂ ਦੇ, ਇਹਨਾਂ ਦੇ ਜਿਹੜੇ ਲੀਡਰ ਭੇਜੇ ਗਏ ਸੀਗੇ ਉਹ ਖੁਦ ਵੀ ਇਸ ਗੱਲ ਤੇ ਹੈਰਾਨ ਸੀਗੇ। ਸੋ ਪੈਸੇ ਦਾ ਫਲੋ 2017 ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ। ਸੋ ਇਹ
ਔਰ ਹੁਣ ਨਜ਼ਰ ਵੀ ਆਉਂਦਾ ਸੀਗਾ ਸਾਰੀ ਗੱਲ। ਸੋ ਇਹ ਜਿਹੜੀ ਕੱਟੜ ਇਮਾਨਦਾਰੀ ਹੁੰਦੀ ਹੈ ਨਾ, ਇੱਕ ਨਾਰਾ ਹੁੰਦਾ, ਇਹ ਪ੍ਰੈਕਟਿਸ ਨਹੀਂ ਹੁੰਦੀ। ਪ੍ਰੈਕਟਿਸ ਦੇ ਵਿੱਚ ਜਿਹੜੇ ਖਰਚੇ ਹੁੰਦੇ ਪਾਰਟੀਆਂ ਦੇ, ਉਹ ਸਾਰਿਆਂ ਨੂੰ ਕਰਨੇ ਪੈਂਦੇ ਹੈ, ਤੇ ਨਾਰਾ ਜਦ ਤੱਕ ਤੁਸੀਂ ਪਾਵਰ 'ਚ ਨਹੀਂ ਆਉਂਦੇ ਉਹ ਤੱਕ ਤਾਂ ਠੀਕ ਹੈ। ਜਦੋਂ ਇਹ ਪਾਰਟੀ, ਇਹਨਾਂ ਨੇ ਵੀ ਆਪਣੇ ਮੋਦੀ ਸਰਕਾਰ, ਇਹਨਾਂ ਨੇ ਵੀ ਘੜੇ ਬੈਠੇ ਰਹਿਣਾ, ਇੱਕ ਦਿਨ ਤਾਂ ਜਾਣਾ ਹੈ। ਜਦੋਂ ਇਹ ਜਾਣਗੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਕਲਟਨ ਇਹਨਾਂ ਦੇ ਵੀ ਬਾਹਰ ਆਉਣਗੇ, ਨਜ਼ਰ ਵੀ ਲੱਗ ਜਾਂਦੀ ਹੈ ਜੀ। ਤੁਸੀਂ ਜਿਹਨਾਂ ਦੋ ਲੀਡਰਾਂ ਦੀ ਗੱਲ ਕਰ ਰਹੇ ਹੋ, ਇੱਕ ਤੇ ਅੰਦਰ ਨੇ ਹੁਣ, ਤੇ ਦੂਜੇ ਬੰਨੇ ਉਦੋਂ ਰੌਲੇ ਪੈਂਦੇ ਹੁੰਦੇ ਸੀ ਆਖੇ, ਜਿਹੜੇ ਚੱਪਲਾਂ 'ਚ ਆਏ ਬਾਅਦ ਦੇ ਵਿੱਚ ਉਹ ਬਿਜ਼ਨਸ ਕਲਾਸ ਨਹੀਂ ਫਸਟ ਕਲਾਸ ਮੰਗਦੇ ਹੁੰਦੇ ਸੀ ਵੀ ਅਸੀਂ ਤੁਹਾਨੂੰ ਫਸਟ ਕਲਾਸ 'ਚ ਜਾਣਾ, ਜਾਂ ਫਿਰ ਗੱਡੀਆਂ ਮਰਸਡੀਜ਼ ਜਾਂ ਜਿਹੜੀਆਂ BMW ਵੱਡੀਆਂ ਵੱਡੀਆਂ, ਉਹਨਾਂ ਦੇ ਵਿੱਚ ਲੋਕ ਦਰਵਾਜ਼ਾ ਵੀ ਆਪ ਖੋਲ ਕੇ ਚੜਾਉਂਦੇ ਹੁੰਦੇ ਸੀ। ਖੈਰ ਸਮਾਂ ਬੀਤ ਜਾਂਦਾ। ਮੈਂ ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਜੀ ਅਗਲੀ ਕਰਨ ਲੱਗਿਆ, ਖਬਰ 'ਚੋਂ ਖਬਰ ਕੱਢਣ ਦਾ ਯਤਨ ਕਰ ਰਿਹਾ। ਇਹ ਖਬਰ ਬੜੀ ਅਹਿਮ, ਇੱਕ ਫੋਟੋ 'ਚੋਂ ਨਿਕਲਦੀ ਆ। ਇਹ ਫੋਟੋ ਆ ਪ੍ਰਧਾਨ ਮੰਤਰੀ ਸਾਹਿਬ ਦੀ ਕੱਲ੍ਹ ਦੀ ਨਵੀਂ ਦਿੱਲੀ ਦੇ ਵਿੱਚ, ਔਰ ਮੈਂ ਦੇਖ ਰਿਹਾ ਕਿ ਉਹ ਬਹੁਤ ਸਾਰੇ ਵੱਖ ਵੱਖ ਧਰਮਾਂ ਦੇ ਪ੍ਰਤੀਨਿਧ ਜਿਹੜੇ ਨੇ, ਆਗੂ ਨੇ, ਉਹਨਾਂ ਦੇ ਨਾਲ ਸੈਂਟਰ 'ਚ ਖੜੇ ਨੇ। ਇੱਕ ਬੰਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੇ, ਤੇ ਦੂਜੇ ਬੰਨੇ ਕੋਈ ਮੁਸਲਮਾਨ ਆਗੂ ਨੇ, ਤੇ ਪਿੱਛੇ ਨਾਨਕਸਰ ਤੋਂ ਨੇ, ਤੇ ਪਿੱਛੇ ਤਰਨਾ ਦਲ ਤੋਂ ਵੀ ਇੱਕ ਨਿਹੰਗ ਸਿੰਘ ਨੇ। ਇਹ ਆਪਣੀ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆ, ਔਰ ਦੋ ਸਰਦਾਰ ਹੋਰ ਪਿੱਛੇ ਆ। ਉਦਾਂ ਵੈਸੇ ਜਿਹੜਾ ਜ਼ਿਕਰ ਹੋਇਆ ਉਹ ਹੋਇਆ ਕਿ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੀ ਅਗਵਾਈ ਹੇਠ 24 ਧਾਰਮਿਕ ਆਗੂਆਂ ਦੇ ਇੱਕ ਵਫਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਜੀ। ਹੁਣ ਇਹ ਸਵਾਲ ਕਾਫੀ ਅਹਿਮ ਆ, ਇਹਦੇ ਵਿੱਚ ਇੱਕ ਮੈਸੇਜ ਜਾ ਰਿਹਾ, ਔਰ ਮੈਂ ਦੇਖ ਰਿਹਾ ਕਿ ਇਹਦੀ ਜਿਹੜੀ ਇਹ ਜੋ ਡਿਜ਼ਾਈਨ ਹੋਇਆ, ਇਹ ਜਿਹੜੀ ਸੰਸਥਾ ਹੈ, ਇਹਦੇ ਵਿੱਚ ਸਤਨਾਮ ਸਿੰਘ ਸੰਧੂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਤੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਨੋਮੀਨੇਟ ਕੀਤੇ ਗਏ ਰਾਜ ਸਭਾ ਲਈ ਐਜ ਏ ਐਜੂਕੇਸ਼ਨਿਸਟ ਸਮਾਜ ਸੇਵੀ, ਉਹਨਾਂ ਦਾ ਬੜਾ ਵੱਡਾ ਰੋਲ ਹੈ। ਉਹਨਾਂ ਨੇ ਇਹ ਸਾਰਾ ਪ੍ਰਬੰਧ ਕੀਤਾ, ਇਹ ਆਯੋਜਨ ਕੀਤਾ, ਔਰ ਸਾਰੇ ਧਰਮਾਂ ਦੇ ਲੋਕ ਪ੍ਰਧਾਨ ਮੰਤਰੀ ਦੇ ਆਸੇ ਪਾਸੇ ਖੜੇ ਨੇ। ਸਤਨਾਮ ਸਿੰਘ ਸੰਧੂ ਅਮਰਜ ਹੋ ਰਹੇ ਆ ਇੱਕ ਨਵੇਂ ਚਿਹਰੇ ਦੇ ਰੂਪ 'ਚ, ਔਰ ਮੈਂ ਦੇਖ ਰਿਹਾ ਕਿ ਜੇ ਸਰਕਾਰ ਵਾਪਸ ਮੁੜ ਆਉਂਦੀ ਹੈ ਬੀਜੇਪੀ ਦੀ, ਜਿਵੇਂ ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਦਾ ਦਾਅਵਾ ਸੀ ਕਿ ਅਸੀਂ 400 ਤੋਂ ਉਹ ਪਲੱਸ ਨਾਲ ਆ ਰਹੇ ਹਾਂ, ਤਾਂ ਫਿਰ ਸਤਨਾਮ ਸਿੰਘ ਸੰਧੂ ਅਗਲੇ ਸਿੱਖ ਚਿਹਰੇ ਹੋਣਗੇ? ਕੀ ਰਾਜ ਸਭਾ ਦੇ ਵਿੱਚ ਬੈਠੇ ਪਹਿਲੇ ਹਰਦੀਪ ਸਿੰਘ ਪੁਰੀ ਨੂੰ ਇਲੈਕਸ਼ਨ ਲੜਾਈ ਜਾ ਰਹੀ ਹੈ? ਕੀ ਉਹ ਇਲੈਕਸ਼ਨ ਜਿੱਤ ਕੇ ਮੁੜ ਆਉਣਗੇ? ਕੀ ਸਤਨਾਮ ਸਿੰਘ ਸੰਧੂ ਇੱਕ ਵੱਡੇ ਸਿੱਖ ਚਿਹਰੇ ਵਜੋਂ ਹੁਣ ਅਗਲੀ ਸਰਕਾਰ ਜੇ ਬਣ ਜਾਂਦੀ, ਜੇ ਮੈਂ ਵਾਰ ਵਾਰ ਵਰਤ ਰਿਹਾ, ਤੇ ਉਹਦੇ ਵਿੱਚ ਵੱਡੇ ਯੂਨੀਅਨ ਮਿਨਿਸਟਰ ਵਜੋਂ ਦੇਖ ਰਹੇ ਹੋ, ਤੇ ਓਵਰਆਲ ਜਿਹੜੀ ਇਹ ਤਸਵੀਰ ਇਹਨੂੰ ਕਿਵੇਂ ਦੇਖ ਰਹੇ ਹੋ? ਦੇਖੋ ਹੁਣ ਤੱਕ ਤਾਂ ਕਿਸਮਤ ਨੇ ਉਹਨਾਂ ਦਾ ਬਹੁਤ ਕਮਾਲ ਦਾ ਸਾਥ ਦਿੱਤਾ ਹੈ, ਅੱਗੇ ਵੀ ਕਿਸਮਤ ਸਾਥ ਦਿੰਦੀ ਰਹੇਗੀ ਮੇਰੇ ਖਿਆਲ ਦੇ ਵਿੱਚ। ਸੋ ਹੋ ਸਕਦਾ ਤੁਹਾਡੇ ਮੂੰਹ ਨਿਕਲੀ ਗੱਲ ਪੂਰੀ ਹੋ ਜਾਏ, ਕਿਉਂਕਿ ਜਿਸ ਢੰਗ ਦੇ ਨਾਲ ਅੱਗੇ BJP ਟਿਕਟਾਂ ਕਹਿ ਰਹੀ ਹੈ ਆਪਣੇ ਰਾਜ ਸਭਾ ਦੇ ਮਿਨਿਸਟਰ ਨੂੰ ਵੀ ਤੁਸੀਂ ਇਲੈਕਸ਼ਨ ਲੜੋ ਤਾਂ ਜਿੱਤ ਕੇ ਆਓ, ਪਤਾ ਨੀ ਹੁੰਦਾ ਵੀ ਇਲੈਕਸ਼ਨ ਕੋਈ ਜਿੱਤਦਾ ਕਿ ਨਹੀਂ ਜਿੱਤਦਾ। ਇੱਕ ਸਿੱਖ ਚਿਹਰਾ ਤਾਂ ਪੱਕਾ ਹੀ ਇਹਨਾਂ ਲਈ ਸਰਕਾਰ ਦੇ ਵਿੱਚ, ਜੇ ਮੋਦੀ ਸਰਕਾਰ ਰਿਪੀਟ ਹੁੰਦੀ ਹੈ ਘੱਟੋ ਘੱਟ ਇੱਕ ਚਿਹਰਾ ਤਾਂ ਪੱਕਾ ਸਿੱਖ ਹੈਗੇ ਹੀ ਹੈ। ਤਾਂ ਮੈਂ ਉਸ ਕਰਕੇ ਕਹਿੰਦਾ ਵੀ ਇਹਨਾਂ ਦੇ ਚਾਂਸਿਸ ਬਹੁਤ ਹੈਗੇ ਮੰਤਰੀ ਬਣਨ ਦੇ, ਕਿਉਂਕਿ ਸੀਟ ਤਾਂ ਇਹਨਾਂ ਦੀ ਪੱਕੀ ਹੈਗੀ ਹੈ। ਮੈਨੂੰ ਇਹ ਜਿਹੜੀ ਫਾਊਂਡੇਸ਼ਨ ਹੈ, ਮੈਂ ਕਦੇ ਇਹਦੇ ਬਾਰੇ ਬਹੁਤਾ ਸੁਣਿਆ ਨਹੀਂ ਸੀਗਾ ਜੀ, ਤੇ ਹੁਣ ਦਿਮਾਗ 'ਚ ਰਹੂਗਾ ਵੀ ਇਹ ਫਾਊਂਡੇਸ਼ਨ ਹੈਗੀ ਹੈ ਇਹਨਾਂ ਦੀ। ਤੇ ਸਤਨਾਮ ਸਿੰਘ ਸੰਧੂ ਤਾਂ ਚਲੋ ਵੈਲ ਨੋਨ, ਇਹਨਾਂ ਦੀ ਫਾਊਂਡੇਸ਼ਨ ਦਾ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਸੀਗਾ। ਹੁਣ ਅੱਗੇ ਵਾਸਤੇ ਧਿਆਨ 'ਚ ਰੱਖਾਂਗੇ ਵੀ ਇਹ ਫਾਊਂਡੇਸ਼ਨ ਹੈਗੀ ਹੈ ਤੇ ਐਕਟਿਵ ਹੈਗੀ ਹੈ ਪੰਜਾਬ ਦੇ ਵਿੱਚ। ਹੋ ਸਕਦਾ ਬਾਕੀ ਥਾਵਾਂ 'ਤੇ ਵੀ ਜਿਹੜੇ ਬਾਕੀ ਧਰਮਾਂ ਦੇ ਹੈਗੇ ਆ ਬਾਬੇ, ਚਲੋ ਵਧਣ ਫੁੱਲਣ, ਆਪਾਂ ਸਭ ਦੀ ਅੱਛੀ ਕਾਮਨਾ ਕਰਦੇ ਹਾਂ। ਇਹ ਜਿਹੜੇ
ਪੰਜਾਬ ਚੋਂ ਜਿਹੜੇ ਜਿਹਨਾਂ ਨੂੰ ਲੈ ਕੇ ਗਏ ਹੈ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਣਗੇ ਪਰ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇੱਕ ਤਾਂ ਆਪਣੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੈਗੇ ਆ। ਮੈਂ ਕੈਟੇਗਰੀ ਹੋਰ ਤਰ੍ਹਾਂ ਥੋੜ੍ਹੀ ਜਿਹੀ ਡਿਫਾਈਨ ਕਰਦਾ। ਪੰਜਾਬ ਦੇ ਵਿੱਚ ਕੁਛ ਬਾਬੇ ਹੈਗੇ ਆ ਜਿਹੜੇ ਸਰਕਾਰੀ ਜਿਹਨਾਂ ਨੂੰ ਕਿਹਾ ਜਾਂਦਾ, ਸਰਕਾਰ ਕੋਈ ਹੋਵੇ ਉਹਦੇ ਕੋਈ ਫਰਕ ਨਹੀਂ ਪੈਂਦਾ, ਉਹ ਹਮੇਸ਼ਾ ਇਸ ਤਰ੍ਹਾਂ ਹੀ ਨੁਮਾਇੰਦਗੀ ਕਰਦੇ ਰਹਿੰਦੇ ਹਰ ਸਰਕਾਰ ਦੇ ਵਿੱਚ। ਕੁਛ ਬਾਬੇ ਹੈਗੇ ਆ ਜਿਹੜੇ ਏਜੰਸੀਆਂ ਨਾਲ ਲੱਗੇ ਹੋਏ ਆ, ਉਹ ਵੀ ਪਰਮਾਨੈਂਟ ਹੀ ਹੈਗੇ ਆ, ਆਪਾਂ ਉਹਨਾਂ ਕਿਸੇ ਦਾ ਨਾਂ ਨਹੀਂ ਲੈਣਾ ਤੇ ਨਾ ਹੀ ਲਿਆ ਜਾ ਸਕਦਾ ਹੁੰਦਾ। ਸੋ ਇੱਕ ਸੈਕਸ਼ਨ ਉਹ ਹੈਗਾ ਬਾਬਿਆਂ ਦਾ, ਇੱਕ ਸੈਕਸ਼ਨ ਇਹ ਹੈਗਾ, ਇੱਕ ਬਾਕੀ ਬਹੁਤ ਜਿਹੜੇ ਅਨਅਟੈਚ ਬਾਬੇ ਆ ਉਹਨਾਂ ਦੀ ਗਿਣਤੀ ਬਹੁਤ ਹੈਗੀ ਹੈ। ਹਰ ਇੱਕ ਦੀ ਆਪਣੀ ਆਪਣੀ ਕੰਟਰੀਬਿਊਸ਼ਨ ਹੈਗੀ ਹੈ। ਅਤੇ ਆਪਣੇ ਸੰਧੂ ਸਾਹਿਬ ਇੱਕ ਵਾਰੀ ਡੈਪੂਟੇਸ਼ਨ ਪਹਿਲਾਂ ਵੀ ਸਿੱਖਾਂ ਦਾ ਪੰਜਾਬ ਤੋਂ ਲੈ ਕੇ ਗਏ ਸੀਗੇ, ਨੁਮਾਇੰਦੇ ਹੈ ਕਿ ਨਹੀਂ ਸਰਕਾਰ ਨੂੰ ਪਤਾ ਹੁੰਦਾ ਅਦਰਵਾਈਜ਼ ਜਿਹੜੀ ਜਿਹਨਾਂ ਨੂੰ ਇਹ ਬਣਾਉਂਦੇ ਲਿਜਾ ਕੇ ਨਾ ਏਜੰਸੀਆਂ ਕੋਲ ਤਾਂ ਸਾਰੀ ਰਿਪੋਰਟ ਹੁੰਦੀ ਹੈ ਕਿ ਕਿਹੜਾ ਬਾਬਾ ਨੁਮਾਇੰਦਗੀ ਕਰਦਾ ਹੈ ਕਿਹੜਾ ਨਹੀਂ ਕਰਦਾ। ਹੁਣ ਬਾਬੇ ਨਾਨਕ ਸਰ ਵਾਲੇ ਬਾਦਲ ਪਰਿਵਾਰ ਵੀ ਇਹਨਾਂ ਕੋਲ ਆਉਂਦਾ ਜਾਂਦਾ ਹੈਗਾ, ਸੋ ਇੱਕ ਲੈਵਲ 'ਤੇ ਉਹ ਵੀ ਨੁਮਾਇੰਦੇ ਹੈਗੇ ਆ। ਸੋ ਇਸ ਕਰਕੇ ਠੀਕ ਹੈ ਉਹਨਾਂ ਨੇ ਆਪਣੀ ਪਾਰਟ ਪਲੇ ਕੀਤਾ। ਮੇਰੇ ਖਿਆਲ ਦੇ ਵਿੱਚ ਜਿਹੜੀ ਉਹਨਾਂ ਦੀ ਨੋਮੀਨੇਸ਼ਨ ਹੋਈ ਉਹ ਇਹ ਡੈਪੂਟੇਸ਼ਨ ਲੈ ਕੇ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਕਰਨ ਗਏ ਸੀਗੇ। ਮੈਂ ਇਹ ਦੇਖ ਰਿਹਾ ਸੀ ਇਹਦੇ ਵਿੱਚ ਕਾਫੀ ਮੁਸਲਮਾਨ ਭਾਈਚਾਰੇ ਦੇ ਨੁਮਾਇੰਦੇ ਨੇ ਇਹਦੇ ਵਿੱਚ। ਆਲ ਇੰਡੀਆ ਇਮਾਮ ਸੰਗਠਨ ਦੇ ਮੁੱਖ ਇਮਾਮ ਸੀਗੇ ਅਹਿਮਦ ਅਲਿਆਸੀ ਸਾਹਿਬ, ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ ਦੇ ਭੀਖੂ ਸਿੰਘ ਸੇਨਾ ਸੀਗੇ, ਤੇ ਹੋਰ ਕਾਫੀ ਜਿਹੜੇ ਮੈਂ ਦੇਖ ਰਿਹਾ ਵੱਖ ਵੱਖ ਤਰ੍ਹਾਂ ਦੇ ਲੋਕ ਨੇ। ਅਸਲ ਦੇ ਵਿੱਚ ਇੱਕ ਤਾਂ ਕੰਟਰੀ ਚ ਮਾਹੌਲ ਬਣਿਆ ਹੀ ਹੋਇਆ, ਜਿਹੜਾ ਮੈਜੋਰਿਟੇਰੀਅਨ ਜਿੰਦਾ ਅਪਰੋਚ ਹੁੰਦੀ ਹੈ ਨਾ ਤਾਂ ਮਿਨੋਰਟੀ ਡਰਦੀ ਹੈ ਉਹਦੇ ਤੋਂ ਲਗਾਤਾਰ, ਹਮੇਸ਼ਾ ਹੀ ਡਰਦੀ, ਹਰ ਮਿਨੋਰਟੀ ਡਰੂਗੀ, ਚਾਹੇ ਉਹ ਡਿਫਰੈਂਟ ਟਾਈਪ ਦੇ ਮਤਲਬ ਉਹ ਕ੍ਰਿਸਚਨ ਨੇ, ਬੋਧੀ ਨੇ, ਜੈਨੀ ਨੇ, ਸਿੱਖ ਨੇ, ਮੁਸਲਿਮ ਨੇ, ਜਿਹੜੇ ਵੀ ਇੱਥੇ ਰਹਿ ਰਹੇ ਨੇ, ਕਿਤੇ ਨਾ ਕਿਤੇ ਇਨਸਕਿਉਰਿਟੀ ਦੀ ਫੀਲਿੰਗ। ਇਦੋਂ ਪਹਿਲਾਂ ਬੀਜੇਪੀ ਨਾਲ ਰਲ ਕੇ ਅਸਲ ਦੇ ਵਿੱਚ ਇੱਕ ਗੱਲ ਇਹ ਸੀਗੀ, ਅਕਾਲੀ ਬੀਜੇਪੀ ਇੱਕ ਟਾਈਪ ਦੇ ਆਪਦੇ ਆਪ ਨੂੰ ਪੇਸ਼ ਕਰਦੇ ਸੀ ਕਿ ਹਿੰਦੂ ਸਿੱਖ ਯੂਨਿਟੀ ਹੋ ਗਈ ਜੀ, ਕਿ ਉਹ ਉਹਦੀ ਨੁਮਾਇੰਦਾ ਤੇ ਅਸੀਂ ਇਹਦਾ ਨੁਮਾਇੰਦਾ। ਇਸ ਕਰਕੇ ਯੂਨੀਅਨ ਕੈਬਨਿਟ ਦੇ ਵਿੱਚ ਵੀ ਜਿਹੜੇ ਬੰਦੇ ਜਾਂਦੇ ਸੀ ਉਹਦੀ ਸਪੇਸ ਅਕਾਲੀ ਦਲ ਭਰ ਦਿੰਦਾ ਸੀ ਕਿੱਥੋਂ ਆ ਕੇ। ਕਦੇ ਵੀ ਤੁਸੀਂ ਪੁਰਾਣੇ ਦੇਖ ਲਓ, ਵਾਜਪਾਈ ਗੌਰਮੈਂਟ ਤੋਂ ਲੈ ਕੇ ਜਦੋਂ ਤੋਂ ਮੇਨਲੀ ਇੱਧਰੋਂ ਹੁੰਦਾ ਸੀ ਇੱਕ ਅੱਧਾ ਕੋਈ ਸਹਾਇਕ ਹੋ ਜੇ, ਪਰ ਜਦੋਂ ਤੋਂ ਅਕਾਲੀ ਦਲ ਤੇ ਬੀਜੇਪੀ ਦਾ ਬ੍ਰੇਕਅਪ ਹੋਇਆ ਤਾਂ ਉਦੋਂ ਬਾਅਦ ਕੋਈ ਨਾ ਕੋਈ ਸਿੱਖ ਨੁਮਾਇੰਦਾ ਨੋਮੀਨੇਟਡ ਇਹੋ ਜਿਹਾ ਆ ਜਾਂਦਾ ਜਿਹੜਾ, ਹਾਲਾਂਕਿ ਮਾਸ ਲੀਡਰ ਕੋਈ ਨਹੀਂ ਹੈ ਇਹੋ ਜਿਹਾ ਹਜੇ ਇਹਨਾਂ 'ਚ। ਕੋਈ ਰਿਟਾਇਰਡ ਬਿਊਰੋਕਰੇਟ ਹੈ, ਕੋਈ ਕਿਤੋਂ ਆਇਆ, ਕੋਈ ਕਿਸੇ ਹੋਰ ਟਾਈਪ ਦਾ। ਇੱਕ ਹੁੰਦਾ ਕਿ ਮਾਸ 'ਚੋਂ ਆਏ ਲੀਡਰ ਕੋਈ ਡਿਫੈਕਟ ਕਰਕੇ ਚਲਾ ਗਿਆ ਤੇ ਉੱਧਰ ਹੋਏਗਾ, ਉਹ ਕੋਸ਼ਿਸ਼ਾਂ ਇਹ ਤਾਂ ਹੋਈਆਂ ਕਿ ਅਕਾਲੀ ਦਲ ਬਾਦਲ ਤੋਂ ਜਾਂ ਬਾਕੀਆਂ ਤੋਂ ਸੁਖਦੇਵ ਸਿੰਘ ਢੀਂਡਸਾ ਅਲੱਗ ਹੋ ਗਏ ਕਿ ਬੀਜੇਪੀ ਸਾਡੇ ਨਾਲ ਕਰ ਲਏ, ਦੂਜੇ ਅਲੱਗ ਹੋ ਗਏ, ਤੀਜੇ ਪਹਿਲਾਂ ਬ੍ਰਹਮਪੁਰਾਣ ਹੀ ਹੋ ਗਏ ਸੀ ਵਾਪਸ ਆ ਗਏ, ਪਰ ਉਹ ਗੱਲਾਂ ਬਣੀਆਂ ਨਹੀਂ ਉਸ ਪੱਧਰ ਦੇ ਉੱਤੇ। ਇੱਕ ਤਾਂ ਹੁੰਦਾ ਮਾਸ ਲੋਕਾਂ ਦੀ ਰੀਪ੍ਰਜੈਂਟੇਸ਼ਨ ਕਰਾਉਣੀ, ਇੱਕ ਹੈ ਸਿੰਬੋਲਿਕ ਤੌਰ ਤੇ ਤੁਸੀਂ ਕੁਛ ਪੋਸਟਾਂ ਤੇ ਬੰਦਿਆਂ ਨੂੰ ਬਿਠਾਉਣਾ ਕਿ ਨਹੀਂ ਆਹ ਵੀ ਸਾਡੇ ਕੋਲ ਹੈ, ਆਹ ਵੀ ਸਾਡੇ ਕੋਲ ਹੈ। ਜਿਹੜੀ ਮਾਸਜ ਦੀ ਇਨਵੋਲਵਮੈਂਟ ਹੁੰਦੀ ਆ ਉਹ ਹੁੰਦੀ ਆ ਉਹਦੇ ਥਾਟ ਦੀ ਇਨਵੋਲਵਮੈਂਟ ਦੇ ਨਾਲ ਤੁਸੀਂ ਐਕਸੈਪਟ ਕਰਦੇ ਹੋ ਬੰਦੇ ਨੂੰ ਕਿ ਤੇਰਾ ਵੱਖਰਾਵਾਂਪਣ ਦੇ ਨਾਲ ਦੀ ਨਾਲ
ਅਸੀਂ ਤੈਨੂੰ ਰੀਪ੍ਰਜੈਂਟ ਕਰਨ ਦੇ ਲਈ ਇਹ ਜਗ੍ਹਾ ਦੇ ਰਹੇ ਹਾਂ, ਤੂੰ ਆਪਣੀ ਅਲੱਗ ਵਿਚਾਰ ਰੱਖ ਸਕਦਾ, ਅਲੱਗ ਤੇਰੀ ਪਛਾਣ ਰਹਿ ਸਕਦੀ ਹੈ। ਜਿਹੜੀਆਂ ਇਹੋ ਜਿਹੀਆਂ ਨੋਮੀਨੇਸ਼ਨਾਂ ਹੁੰਦੀਆਂ ਨੇ ਉਹਦੇ ਚ ਵਜੂਦ ਦਾ ਪਛਾਣ ਦਾ ਅਲੱਗ ਆਈਡੀਏ ਦਾ ਸਕੋਪ ਨਹੀਂ ਹੁੰਦਾ, ਇਸੇ ਕਰਕੇ ਉਹ ਸਿੰਬੋਲਿਜ਼ਮ ਹੁੰਦਾ ਹੈ, ਉਹ ਮੇਨ ਸਟ੍ਰੀਮ ਦੀ ਗੱਲ ਨਹੀਂ ਹੁੰਦੀ ਕਿ ਮੇਨ ਸਟ੍ਰੀਮ ਚੋਂ ਕੋਈ ਚੀਜ਼ਾਂ ਲੋਕ ਇਹ ਫੋਲੋ ਕਰਨ। ਹੁਣ ਜਿਹੜੇ ਇਹ ਗਏ ਇਹ ਵੀ ਗੱਲ ਇੱਕ ਆਪਣੇ ਆਪ ਚ ਅਜੀਬ ਹੈ ਨਾ, ਗਏ ਤਾਂ ਸਾਰੇ ਬਾਬੇ ਇੱਕ ਟਾਈਪ ਦੇ, ਚਾਹੇ ਵਿਆਸਾ ਵਾਲੇ ਸੰਤ ਨੇ, ਚਾਹੇ ਨਾਨਕ ਸਰੀਏ ਨੇ, ਚਾਹੇ ਨਿਰਮਲੀਏ ਵੀ ਗਏ ਨੇ, ਨਿਰਮਲੇ ਸੰਤ ਵੀ ਗਏ ਨੇ ਜਿਹੜੇ ਸਿੱਖੀ ਨਾਲ ਇੱਕ ਅਟੈਚ ਨੇ। ਹਿਸਟੋਰੀਕਲੀ ਨਿਰਮਲਿਆਂ ਦਾ ਬਹੁਤ ਯੋਗਦਾਨ ਹੈ ਸਿੱਖੀ ਚ, ਇੱਕ ਸਮੇਂ ਚ ਜਦੋਂ ਬਹੁਤ ਕ੍ਰਾਈਸਿਸ ਦਾ ਸਮਾਂ ਸੀ ਉਹਨਾਂ ਨੇ ਸਾਰੀਆਂ ਦਸਤਾਵੇਜ਼ ਸਾਹਮਣੇ ਤੇ ਇਸ ਧਾਰਾ ਨੂੰ ਅੱਗੇ ਚੱਕਣਾ। ਅੱਜ ਭਾਵੇਂ ਉਹ ਪੂਰੀ ਤਰ੍ਹਾਂ ਉਸ ਰੂਪ ਦੇ ਵਿੱਚ ਕਨਵਰਟ ਨਹੀਂ, ਪਰ ਉਹਦੀ ਰਿਸਪੈਕਟ ਇੱਕ ਕੀਤੀ ਜਾਂਦੀ ਹੈ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ। ਜਦੋਂ ਉਹ ਸਾਰੇ ਜਾਂਦੇ ਨੇ ਤੇ ਉਹਨਾਂ ਦੀ ਅਗਵਾਈ ਕਰਦੇ ਨੇ ਇੱਕ ਪੋਲੀਟੀਕਲ ਆਦਮੀ, ਤਾਂ ਇੱਕ ਵਜਨ ਤਾਂ ਬਣਦਾ ਹੀ ਹੈ ਨਾ ਨਾਲ ਲਿਜਾ ਕੇ, ਇੱਕ ਫਾਊਂਡੇਸ਼ਨ ਲੈ ਜਾਓ, ਜੋ ਮਰਜ਼ੀ ਲੈ ਜਾਓ, ਮੰਚ ਜਿਹੜੇ ਮਰਜ਼ੀ ਤੋਂ ਲੈ ਜਾਓ ਕਿਤੇ ਨਾ ਕਿਤੇ ਜਾ ਕੇ। ਹਾਲਾਂਕਿ ਇਹ ਬਾਬਿਆਂ ਦੀ ਡਾਇਰੈਕਟ ਵੀ ਇੱਕ ਆਪਣਾ ਸੰਬੰਧ ਹੈ, ਮੈਨੂੰ ਲੱਗਦਾ ਕੁਝ ਮਹੀਨਿਆਂ ਦੇ ਵਿੱਚ ਹੀ ਕਈ ਵਾਰ ਚੱਕਰ ਲਾਉਂਦੇ ਨੇ ਰਾਧਾ ਸਵਾਮੀਆਂ ਦੇ, ਤਾਂ ਮੋਹਨ ਭਾਗਵਤ ਆਉਂਦੇ ਨੇ, ਰਹਿ ਕੇ ਜਾਂਦੇ ਨੇ ਬਾਰੇ ਬਾਰ, ਨਰਿੰਦਰ ਮੋਦੀ ਖੁਦ ਆਉਂਦੇ ਨੇ ਵਾਰ ਵਾਰ, ਉੱਥੇ ਹੀ ਉਤਰਦਾ ਜਹਾਜ਼ ਹੈ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ, ਡਾਇਰੈਕਟ ਵੀ ਅਪਰੋਚ ਆ ਉਹਨਾਂ ਦੀ ਇਕੱਲੇ। ਪਰ ਜਦੋਂ ਇਸ ਰੂਪ ਚ ਆਉਂਦੇ ਨੇ ਤਾਂ ਮਤਲਬ ਕਿਸੇ ਬੰਦੇ ਦੇ ਨਾਲ ਤੁਸੀਂ ਸਪੋਰਟ ਚ ਵੀ ਦਿਖਾਈ ਦੇ ਜਾਂਦੇ ਹੋ ਕਈ ਵਾਰ, ਕਿ ਉਹਦਾ ਵਜਨ ਕਿਸ ਲੈਵਲ ਦਾ ਬਣੇ, ਕਿਸ ਲੈਵਲ ਦਾ ਨਾ ਬਣੇ। ਹੁਣ ਇੱਕ ਅਗਲੀ ਗੱਲ ਇਹ ਹੈ, 2024 ਚ ਕੋਈ ਸਕੋਪ ਬੀਜੇਪੀ ਅਕਾਲੀ ਦਲ ਦੇ ਅਲਾਇੰਸ ਦਾ ਹੈ, ਪ੍ਰੀ ਪੋਲ ਜਾਂ ਆਫਟਰ ਪੋਲ? ਜੇ ਪ੍ਰੀ ਪੋਲ ਜਾਂ ਆਫਟਰ ਪੋਲ ਚੋਂ ਕੋਈ ਗੁੰਜਾਇਸ਼ ਬਣ ਜਾਂਦੀ ਹੈ ਤਾਂ ਕਿਸੇ ਦੀ ਸੀਟ ਮਾਰ ਨਾ ਲੈਣ ਅਕਾਲੀ ਦਲ ਚੋਂ, ਇੱਕ ਦੋ ਤਾਂ ਫਿਰ ਆਉਣੇ ਹੀ ਪੈਣਗੇ ਨਾ ਇੱਕ ਅੱਧਾ, ਇਹ ਵੀ ਨਾਲ ਬਣਿਆ ਰਹਿੰਦਾ ਕੰਮ ਹੈ। ਤੇ ਜੇ ਬੀਜੇਪੀ ਪੰਜਾਬ ਚ ਆਪਣਾ ਖੁਦ ਖੜਾ ਕਰਨਾ ਉਹ ਚਾਹੁੰਦੀ ਹੈ, ਮੇਰੇ ਖਿਆਲ ਉਹ ਤੋਂ ਤਾਂ ਉਹ ਬੈਕਟ੍ਰੈਕ ਕਰ ਗਈ ਹੈ, ਜੇ ਉਹਨਾਂ ਨੂੰ ਲੱਗਦਾ ਕਿ ਅਜੇ ਪੰਜਾਬ ਸਾਡੇ ਹੱਥ ਚ ਉਵੇਂ ਨਹੀਂ ਆਏਗਾ ਐਜ ਏ ਓਵਰਆਲ ਮਸ ਚ ਇਲੈਕਸ਼ਨ ਲੜਕੇ, ਅਜੇ ਇੱਕ ਏਰੀਆ ਹੀ ਹੋਏਗਾ ਸਾਡੇ ਕੋਲ, ਹਜੇ ਐਵੇਂ ਚਲਾਉਂਦੇ ਹਾਂ। 24 ਤੋਂ ਬਾਅਦ ਸ਼ਾਇਦ ਉਹਦੀ ਸਟ੍ਰੈਟਜੀ ਕੀ ਹੋਏਗੀ, ਜੇ ਉਹ ਵੱਖ ਵੱਖ ਤਰ੍ਹਾਂ ਦੇ ਹੋਈ, ਜਿਵੇਂ ਬਿਹਾਰ ਦੇ ਵਿੱਚ ਕੀਤਾ, ਜਿਵੇਂ ਹਰਿਆਣੇ ਦੇ ਵਿੱਚ ਕੀਤਾ, ਤਾਂ ਪੰਜਾਬ ਚ ਇੱਕ ਰੀਅਲ ਤੇ ਅਲੱਗ ਤਰ੍ਹਾਂ ਦੀ ਪੋਲਿਟਿਕਸ ਸ਼ੁਰੂ ਹੋਏਗੀ। ਮੈਂ ਇੱਕ ਗੱਲ ਹੋਰ ਐਡ ਕਰਦੇ ਹਾਂ, ਇਹ ਜਿਹੜੇ ਬਾਬੇ ਹੈਗੇ ਹੈ ਇਹ ਘੱਟੋ ਘੱਟ ਦੋ ਦੇ ਬਾਰੇ ਤਾਂ ਮੈਂ ਕਹਿ ਸਕਦਾ ਇਹਨਾਂ ਦਾ ਸਿੱਖ ਮਰਿਆਦਾ ਨਾਲ ਕੋਈ ਸੰਬੰਧ ਨਹੀਂ ਹੈ, ਇਹ ਮੰਨਦੇ ਨੀ, ਇਹਨਾਂ ਦੇ ਮੰਨਦੇ ਨੇ ਇਹਨਾਂ ਦੀ ਆਪਣੀ ਮਰਿਆਦਾ ਹੈਗੀ ਹੈ। ਸੋ ਜਿਹੜੇ ਬਾਬੇ ਈਵਨ ਜਿਹੜੀ ਬੇਸਿਕ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੇ ਉਹਨੂੰ ਨਹੀਂ ਮੰਨਦੇ, ਉਹ ਸਿੱਖਾਂ ਦੇ ਪ੍ਰਤੀਨਿਧ ਕਿਵੇਂ ਹੋ ਸਕਦੇ? ਲਾਸਟ ਵਿੱਚ ਸਰਦਾਰ ਜਗਤਾਰ ਜੀ, ਇੱਕ ਛੋਟਾ ਜਿਹਾ ਰਾਉਂਡ ਲੈਂਦੇ ਹਾਂ ਆਪਾਂ। ਅੱਜ ਮੁੱਖ ਮੰਤਰੀ ਨੇ ਸਵੇਰੇ ਸਵੇਰੇ ਇੱਕ ਟਵੀਟ ਕਰਤਾ ਕਿ ਵੇਰਵੇ ਉਡੀਕੋ, ਪੰਜਾਬ ਦੇ ਵਿੱਚੋਂ ਜਿਹੜੀਆਂ ਰਜਿਸਟਰੀਆਂ ਲਈ NOC ਆ ਉਹਦਾ ਭੋਗ ਪਾ ਰਿਹਾ, ਤੇ ਇਹ NOC ਨੇ ਲੋਕਾਂ ਨੂੰ ਸਤਾਇਆ ਬੜਾ ਹੋਇਆ, ਜਦੋਂ ਮਰਜ਼ੀ ਬੰਦ ਕਰ ਦਿਓ, ਜਦੋਂ ਮਰਜ਼ੀ ਖੋਲ ਦਿਓ, ਕਿਸੇ ਦੀ ਰਜਿਸਟਰੀ ਫਸੀ ਹੁੰਦੀ ਆ, ਕਿਸੇ ਦਾ ਕੁਛ ਫਸਿਆ ਹੁੰਦਾ, ਲੋਕਾਂ ਨੇ ਮਸਾ ਲੋਨ ਲਾਨ ਦਾ ਐਡਜਸਟਮੈਂਟ ਕੀਤੀ ਹੁੰਦੀ ਹੈ, ਘਰ ਬਣਾਉਣਾ, ਪਲਾਟ ਲੈਣਾ, ਕਿਸੇ ਨੇ ਰਿਸ਼ਤੇਦਾਰ ਤੋਂ ਫੜੇ, ਜੇ ਉਧਰੋਂ NOC ਨਹੀਂ ਮਿਲਦੀ, ਤਹਿਸੀਲ ਦੇ ਵਿੱਚ ਇਹਦਾ ਵੱਖਰਾ ਭਾਰ ਪੈ ਜਾਂਦਾ ਵੀ ਜੇ ਬਿਨਾਂ NOC ਤੋਂ ਕਰਾਉਣਾ ਤੇ ਇੰਨਾ ਇੰਨੀ ਫੀਸ ਲੱਗੂਗੀ, ਇਹ ਉਹ ਹੈ, ਬੜੇ ਲੋਕ ਦੁਖੀ ਸੀਗੇ। ਤੇ ਜਿਹੜਾ ਇਹ ਫੈਸਲਾ, ਇਹਨੂੰ ਖੈਰ ਮਕਦਮ ਕਹਿਣਾ ਚਾਹੀਦਾ ਤਾਂ ਸਵਾਗਤ ਕਰਨਾ ਚਾਹੀਦਾ। ਇੱਕ ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ, ਬਾਕੀ ਇਹੋ ਜਿਹੀਆਂ ਹੋਰ ਹਰਡਲ ਵੀ ਜਿਹੜੀਆਂ ਈਜ਼ ਫਾਰ ਡੂਇੰਗ ਬਿਜ਼ਨਸ ਚ, ਬਾਕੀ ਉਹਨਾਂ ਦੇ ਵਿੱਚ ਜਿਹੜੇ ਪੰਗੇ ਨੇ ਉਹ ਵੀ ਮਿਟਾਉਣੇ ਚਾਹੀਦੇ ਆ, ਜੇ ਸਿਸਟਮ ਆਨਲਾਈਨ ਹੋ ਜਾਣ ਔਰ ਸਮਾਂ ਸੀਮਾ ਤੈਅ ਹੋ ਜਾਏ ਕਿ ਕਿਸੇ ਟੇਬਲ ਤੋਂ ਜੇ 2 ਜਾਂ 4 ਦਿਨ ਚ ਫਾਈਲ ਨਹੀਂ ਕਲੀਅਰ ਹੁੰਦੀ
ਤਾਂ ਜ਼ਿੰਮੇਵਾਰੀ ਫਿਕਸ ਹੋਣ ਲੱਗ ਜਾਏ ਤਾਂ ਲੋਕਾਂ ਦੇ ਸਾਹ ਸੌਖੇ ਹੋ ਜਾਣ, ਵਿਕਸਿਤ ਦੇਸ਼ਾਂ ਦੀ ਤਰਜ਼ ਤੇ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਲੋਕ ਇੰਟਰਸਟ ਜਾਂ ਆਪਣਾ ਭਰੋਸਾ ਬਣਾਉਣਾ ਸ਼ੁਰੂ ਕਰ ਦੇਣਗੇ ਸੰਸਥਾਵਾਂ ਚ ਸਰਕਾਰਾਂ ਚ। ਕੀ ਕਹਿੰਦੇ? ਟੈਕਨੋਲੋਜੀ ਆਉਣ ਨਾਲ ਇਹ ਸਿਸਟਮ ਬੜਾ ਆਸਾਨ ਹੁੰਦਾ ਜਾ ਰਿਹਾ, ਤੇ ਇਸ ਤੋਂ ਪਹਿਲਾਂ ਵੀ ਪਿਛਲੇ 10 ਸਾਲ ਤੋਂ ਸਟੈਪ ਬਾਈ ਸਟੈਪ ਇਹ ਜੇ ਜਿਹੜੇ ਐਡਮਿਨਿਸਟ੍ਰੇਟਿਵ ਹਰਡਲ ਸੀ ਇਹਨਾਂ ਨੂੰ ਦੂਰ ਕੀਤਾ ਜਾ ਰਿਹਾ, ਵੀ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਹੈ ਕੱਟੇਗਾ ਇਸ 'ਤੇ। ਜੇ ਕਿਸੇ ਨੇ ਡਰਾਈਵਿੰਗ ਲਾਇਸੈਂਸ ਬਣਾਉਣਾ, ਰਾਸ਼ਨ ਕਾਰਡ ਲੈਣਾ, ਅੱਗੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਸੀ, ਲਾਈਨ 'ਚ ਰੁਕਣਾ ਪੈਂਦਾ ਸੀਗਾ, ਉਹ ਲੋਕਾਂ ਨੂੰ ਸਿਸਟਮ ਹੁਣ ਲਾਈਨ 'ਤੇ ਆਉਣਾ ਸ਼ੁਰੂ ਹੋ ਗਿਆ। ਹੁਣ ਜਿਵੇਂ ਇਸ ਤੋਂ ਪਹਿਲਾਂ ਇਹਨਾਂ ਨੇ ਕੀਤਾ ਸੀ ਵੀ ਤੁਸੀਂ ਇੰਨੀਆਂ ਸਰਵਿਸਿਸ ਹੈਗੀਆਂ, ਮੇਰੇ ਖਿਆਲ 40 ਤੋਂ ਉੱਪਰ ਹੈਗੀਆਂ, ਕਿ ਤੁਸੀਂ ਫੋਨ ਕਰੋ ਇਸ ਨੰਬਰ 'ਤੇ ਅਤੇ ਸਾਡਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡੇ ਸਾਰੇ ਕਾਗਜ਼ ਪੱਤਰ ਲੈ ਕੇ ਜਾਏਗਾ, ਭਰਾ ਕੇ ਜਾਏਗਾ। ਸੋ ਇਹ ਇੱਕ ਵਧੀਆ ਸਟੈਪ ਹੈ। ਜਿਹੜੇ ਲੋਕ ਬਾਹਰ ਇੰਨੇ ਚੱਕਰ ਲਾਉਂਦੇ, ਸਾਡੇ ਇਸ ਤੋਂ ਪਹਿਲਾਂ ਦੇ ਲੀਡਰ ਜਿਹੜੇ ਸ਼ਾਸਕ ਰਹੇ ਹੈ ਉਹ ਉਹਨਾਂ 'ਚੋਂ ਬਾਹਰ ਪੜ੍ਹੇ ਲਿਖੇ ਵੀ ਸੀਗੇ ਅਤੇ ਬਾਹਰ ਬਹੁਤ ਆਉਣ ਜਾਣ ਵੀ ਸੀਗਾ, ਔਰ ਅਸੀਂ ਕਹਿੰਦੇ ਹਾਂ ਕਿ ਬਾਹਰ ਦਾ ਸਿਸਟਮ ਬਹੁਤ ਵਧੀਆ ਹੈ, ਅਤੇ ਪਰ ਅਸੀਂ ਇੱਥੇ ਜਦੋਂ ਸਰਕਾਰ 'ਚ ਆ ਜਾਂਦੇ ਹਾਂ ਅਸੀਂ ਇੰਪਲੀਮੈਂਟ ਨਹੀਂ ਕਰਦੇ। ਹੁਣ ਇੰਪਲੀਮੈਂਟ ਹੋ ਰਿਹਾ, ਚਲੋ ਵਧੀਆ ਗੱਲ ਹੈਗੀ, ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਜੇ ਅਸੀਂ ਵੈਸਟ ਦੇ ਬਾਰੇ ਕਹਿੰਦੇ ਵੀ ਉੱਥੇ ਸਿਸਟਮ ਬਹੁਤ ਵਧੀਆ ਜੀ, ਅਤੇ ਜੇ ਸਿਸਟਮ ਇੱਥੇ ਵੀ ਉਹੀ ਆ ਜਾਏ ਅਤੇ ਉਹੀ ਰਾਹਤ ਮਿਲਣੀ ਚਾਹੀਦੀ ਹੈ, ਬਹੁਤ ਵਧੀਆ ਗੱਲ ਆਪਣੇ ਆਪ ਦੇ ਵਿੱਚ। ਲੋਕਾਂ ਨੂੰ ਰਾਹਤ ਹਰ ਪੱਧਰ 'ਤੇ ਮਿਲਣੀ ਚਾਹੀਦੀ ਹੈ, ਉਹਨਾਂ ਦੀ ਹਰਾਸਮੈਂਟ ਖਤਮ ਹੋਣੀ ਚਾਹੀਦੀ ਹੈ, ਔਰ ਜਿਹੜੀ ਕਲੋਨੀਅਲ ਮਾਇੰਡ ਸੈੱਟ ਹੈ ਨਾ ਜਿਹਦੇ ਵਿੱਚੋਂ ਇਹ ਸਾਰਾ ਕੁਛ ਅੱਗੇ ਨਾਗਰਿਕ ਨੂੰ ਟਰਸਟ ਨਾ ਕਰਨਾ, ਸ਼ੱਕ ਦੇ ਨਿਗਾਹ ਨਾਲ ਦੇਖਣਾ ਸੀ ਨਾ ਜਿਹੜਾ, ਉਹ ਹੌਲੀ ਹੌਲੀ ਖਤਮ ਹੋ ਰਿਹਾ। ਹੁਣ ਸਰਕਾਰਾਂ ਆਪਣੇ ਨਾਗਰਿਕ ਨੂੰ ਟਰਸਟ ਕਰਨ ਲੱਗ ਪਈਆਂ, ਇਸ ਕਰਕੇ ਈਜ਼ ਆਫ ਡੂਇੰਗ ਥਿੰਗਸ ਉਹ ਸਾਹਮਣੇ ਆ ਰਿਹਾ। ਸਦਾ ਹਮੀਰ ਸਿੰਘ ਜੀ, ਵੈਸੇ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਔਰ ਡਿਪਟੀ ਸੀ ਐਮ, ਤੇ ਉਹਨਾਂ ਨੇ ਵੀ ਆਣ ਕੇ ਇਹ ਚੀਜ਼ਾਂ ਲਿਆਂਦੀਆਂ ਸੀ, ਆਨਲਾਈਨ ਕੀਤਾ ਸੀ, ਇਸ ਤਰ੍ਹਾਂ ਦੇ ਯਤਨ ਹੋਏ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਹਨੂੰ ਸਟਰੈਂਥਨ ਕਰਨ ਦਾ ਯਤਨ ਵੀ ਹੋਇਆ, ਇਹਨੂੰ ਢਾਹ ਵੀ ਲੱਗਦੀ ਰਹੀ। ਹੁਣ ਆਣ ਕੇ ਇਹਦੇ 'ਤੇ ਨਵੇਂ ਐਲਾਨ ਹੋਏ ਨੇ ਔਰ ਸਰਕਾਰ ਹਰ ਇੱਕ ਨੇ ਕਲੇਮ ਕੀਤਾ, ਸੁਖਬੀਰ ਸਿੰਘ ਬਾਦਲ ਤੋਂ ਹੁਣ ਤੱਕ ਕਲੇਮ ਹੋ ਰਹੇ ਨੇ, ਲੇਕਿਨ ਅਜੇ ਇਹ ਸਮੂਥ ਸਰਵਿਸਿਸ ਲੋਕਾਂ ਨੂੰ ਨਹੀਂ ਮਿਲ ਰਹੀਆਂ। ਦੂਜੇ ਬੰਨੇ ਸਾਡਾ ਮਾਈਂਡਸੈਟ ਵੀ ਹੈ, ਸਾਡੀ ਆਪਣੀ ਮਾਨਸਿਕਤਾ ਵੀ ਹੈ। ਜੇ ਮੰਨ ਲਓ ਸਾਡੇ ਘਰੇ ਕੋਈ ਦਸਤਾਵੇਜ਼ ਲੈਣ ਆ ਜਾਊ ਤੇ ਅਸੀਂ ਉਹਨੂੰ ਧੱਕੇ ਨਾਲ ਕਹਿਣਾ ਯਾਰ 200-400-500 ਫੜ ਲਾ, ਕੋਈ ਗੱਲ ਨਹੀਂ, ਇਹ ਕੰਮ ਮੇਰਾ ਜਲਦੀ ਕਰਾ ਦੀ, ਭਾਵੇਂ ਉਹਦਾ ਆਪਣਾ ਰੋਲ ਕੁਛ ਵੀ ਨਾ ਹੋਵੇ, ਉਹ ਸਿਰਫ ਇੱਕ ਡਾਕੀਏ ਵਾਂਗ ਉਹਨੇ ਕਾਗਜ਼ ਜਾ ਕੇ ਮਿਹਨਤਾਂ ਫੜਾਉਣਾ ਹੀ ਹੋਣ, ਪਰ ਅਸੀਂ ਉਹਨੂੰ ਕਹਿੰਦੇ ਯਾਰ ਤੂੰ ਇੱਕ ਕਰਾ ਦਈ, ਯਾਰ ਤੂੰ ਹੀ ਦੇਖ ਲਾ, ਤੂੰ ਉੱਤੇ ਗੱਲ ਕਰ ਲਈ ਜਾ ਕੇ। ਸੋ ਸਾਨੂੰ ਆਮ ਬੰਦੇ ਦੀ ਮਾਨਸਿਕਤਾ ਨੂੰ ਵੀ ਬਦਲਣ ਦੀ ਲੋੜ ਆ, ਔਰ ਜਿਹੜੀ NOC ਵਾਲੀ ਹਰਡਲ ਸੀਗੀ, ਜੇ ਇਹ ਦੂਰ ਹੋ ਜੇ ਸਹੀ ਮਾਨਿਆਂ 'ਚ ਤਾਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੂਗੀ। ਲੋਕਾਂ ਦਾ ਐਵਰੇਜ 40-50 ਹਜ਼ਾਰ ਜੇ ਆਪਾਂ ਵੇਖੀਏ ਤੇ ਖਰਚਾ NOC ਲੈਣ ਤੇ ਵੀ ਹੋ ਰਿਹਾ ਸੀਗਾ ਜੀ। ਇਹਦੇ ਦੋ ਗੱਲਾਂ ਨੇ ਮੇਰੇ ਖਿਆਲ, ਦੋ ਡਿਫਰੈਂਟ ਐਸਪੈਕਟਸ ਨੇ ਇਹ। ਪਹਿਲੀ ਗੱਲ ਤਾਂ ਇਹ ਹੈ ਕਿ NOC ਜ਼ਰੂਰੀ ਕਿਉਂ ਕੀਤੀ ਗਈ, ਉਹ ਹਾਈਕੋਰਟ 'ਚ ਕੇਸ ਗਿਆ ਸੀ, ਹਾਈਕੋਰਟ 'ਚੋਂ ਆ ਕੇ ਇੱਕ ਕੇਸ, ਉਹ ਸੀ ਜਿਹੜੀਆਂ ਨਵੀਆਂ ਕਲੋਨੀਆਂ ਇਲੀਗਲ ਬਣ ਜਾਂਦੀਆਂ ਨੇ ਕੇਵਲ ਉਹਨਾਂ ਦੇ ਮਾਮਲੇ ਦੇ ਵਿੱਚ, ਤੇ ਤੁਸੀਂ ਸਧਾਰਨ ਪਬਲਿਕ ਨੂੰ 2 ਸਾਲ ਤੋਂ ਕਿਉਂ ਸੂਲੀ ਤੇ ਚਾੜੀ ਰੱਖਿਆ, ਜਿਹਨੇ ਆਪਦਾ ਹੀ ਪਲਾਟ ਖਰੀਦ ਕੇ ਪਿੰਡ ਦੇ ਵਿੱਚ ਹੀ ਘਰ ਪਾਉਣਾ ਸੀ, 1 ਬਿਘਾ 10 ਬਿਸਵੇ 20 ਬਿਸਵੇ, ਤੁਸੀਂ ਛੋਟੀ ਤੇ ਪਾਬੰਦੀ ਲਾਈ ਰੱਖੀ 1.5-2 ਸਾਲ, ਇਹਦੇ ਪਿੱਛੇ ਲੌਜਿਕ ਕੀ ਸੀ ਮੈਨੂੰ ਇਹ ਨਹੀਂ ਸਮਝਿਆ। ਇਹ ਉਹ ਜਿਹਾ ਲੌਜਿਕ ਹੈ ਜਿਵੇਂ ਇਦੋਂ ਪਹਿਲਾਂ ਕਹਿੰਦੇ ਨੇ ਨਾ ਵੀ ਉਹ 2.5 ਲੱਖ ਰਾਸ਼ਨ ਕਾਰਡ ਹੈ, 10 ਲੱਖ ਪਰਿਵਾਰਾਂ ਨੂੰ ਉਨਾ ਹੀ ਦੇਵਾਂਗੇ ਹੁਣ 2 ਸਾਲ ਬੰਦ ਕਰਕੇ, ਤੇ ਉਹ ਕਿੱਥੇ ਆ ਰਿਕਾਰਡ, ਤੇ ਉਹ ਕਿਹਨੇ ਬੰਦ ਕੀਤੇ ਸੀ, ਕਿਉਂ ਬੰਦ ਕੀਤੇ ਸੀ ਪਹਿਲਾਂ, ਜੇ ਜਾਲੀ ਸੀ, ਜੇ ਉਹ ਜਾਲੀ ਨਹੀਂ ਸੀ ਤਾਂ ਬੰਦ ਕਿਉਂ ਕੀਤੇ, ਜੇ ਉਹ ਜਾਲੀ ਨੇ ਤਾਂ ਹੁਣ ਹੋਰ ਕਿਉਂ ਦਿੱਤੇ। ਔਰ ਇਹਦਾ ਮਤਲਬ ਮੈਂ ਤੁਹਾਨੂੰ ਇੱਕ ਕੇਸ ਟੈਸਟ ਕੇਸ ਦੇ ਤੌਰ ਤੇ ਦੱਸਦਾ, ਪਾਲੀਆ ਖੁਰਦ ਪਿੰਡ ਹੈ ਨਾਭੇ ਤਹਿਸੀਲ ਦੇ ਵਿੱਚ, ਇੱਕ
ਹਰਦੀਪ ਕੌਰ ਇੱਕ ਲੜਕੀ ਐਕਟਿਵਿਸਟ ਹੈ ਉੱਥੇ, ਉਹਨਾਂ ਦਾ ਘਰ ਉਹ ਐਸੀ ਹੈ, ਦਲਿਤ ਪਰਿਵਾਰ ਹੈ, ਉਹਨਾਂ ਦੀ ਆਟਾ ਦਾਲ ਤੇ ਇਸ ਕਰਕੇ ਕੱਟ ਦਿੱਤਾ ਗਿਆ ਕਿ ਤੁਹਾਨੂੰ ਤਾਂ 5 ਏਕੜ, ਤੁਹਾਡੇ ਕੋਲ ਤਾਂ 1 ਏਕੜ ਜ਼ਮੀਨ ਹੈ। ਉਹਨੇ ਇੱਕ ਇੰਟਰਸਟਿੰਗ ਵੇ, ਮੈਂ ਤੁਹਾਨੂੰ ਦੱਸਦਾ, ਉਹਨੇ ਐਸ ਡੀ ਐਮ ਨੂੰ ਚਿੱਠੀ ਲਿਖਤੀ ਵੀ ਉਹ 1 ਏਕੜ ਸਾਡਾ ਨਿਸ਼ਾਨਦੇਹੀ ਕਰਾ ਦਿਓ ਜੀ, ਘੱਟੋ ਘੱਟ ਅਸੀਂ ਤਾਂ ਮੰਗਦੇ ਹੀ ਨਹੀਂ ਤੁਹਾਡੇ ਤੋਂ, ਜੇ ਸਾਡੇ ਕੋਲ 1 ਏਕੜ ਹੋਵੇ, ਸਾਡੇ ਕੋਲ ਤਾਂ 5 ਮਰਲੇ ਪਲਾਟ ਦੇ ਕੋਈ ਘਰ ਪਾਉਣ ਲਈ ਪੈਸਾ ਨਹੀਂ, ਸਾਡੇ ਕੋਲ 1 ਏਕੜ ਕਿੱਥੋਂ ਆ ਗਿਆ। ਇਹੋ ਜਿਹੇ ਸੰਕੜੇ ਬੰਦੇ ਨੇ ਜਿੱਥੇ ਘਰ ਬੈਠ ਕੇ ਤੁਹਾਡੇ ਦਫ਼ਤਰ 'ਚ ਜੋ ਮਰਜ਼ੀ ਕੁਝ ਹੋ ਗਿਆ ਤੇ ਸਰਕਾਰਾਂ ਨੇ ਉਹ 'ਤੇ ਅਮਲ ਕਰਤਾ, ਤੇ ਉਹ ਬੰਦੇ ਫਿਰ ਰਹੇ ਨੇ ਇਸ ਟਾਈਪ ਦੇ ਜਿਹੜੇ, ਉਸੇ ਟਾਈਪ ਦੀ ਗੱਲ ਹੈ। ਔਰ ਇੱਕ ਤਾਂ ਇਹ ਗੱਲ ਹੈ ਕਿ ਉਹ ਇਹ ਗੱਲਾਂ ਤੇ ਦੇਖਣਾ ਪਏਗਾ ਕਿ ਉਹ NOC ਤੁਸੀਂ ਕਿਉਂ ਪਹਿਲਾਂ ਅਲਾਓ ਕੀਤੀ, ਪੁੱਡਾ ਦੇ ਅਧਿਕਾਰੀਆਂ ਦੇ ਹੱਥ 'ਚ ਦੇਤਾ, ਹੱਥ ਠੋਕੇ ਬਣਾ ਤੇ ਪਿੰਡਾਂ 'ਚ ਜਿੱਥੇ ਪੁੱਡਾ ਦਾ ਲੈਣਾ ਨੀ ਦੇਣਾ ਨੀ, ਵੱਖ ਵੱਖ ਮਾਮਲਿਆਂ 'ਚ ਉਹ ਤੋਂ ਕਿਉਂ ਕਿਉਂ ਆਉਣ ਜੀ ਉਹ। ਤੇ ਦੂਜੀ ਗੱਲ, ਚਲੋ ਦੇਰ ਆਏ ਦਰੁਸਤ ਆਏ ਜੇ ਹੁਣ ਵੀ ਕਿਸੇ ਠੀਕ ਤਰੀਕੇ ਨਾਲ ਉਹ ਲਾਗੂ ਹੋਵੇ, ਪਰ ਮੈਨੂੰ ਇਹ ਲੱਗਦਾ ਕਿ ਸਾਡਾ ਪੋਲੀਟੀਸ਼ੀਅਨ ਪਹਿਲਾਂ ਸੁਖਬੀਰ ਸਿੰਘ ਬਾਦਲ ਆਏ, ਉਹਨਾਂ ਨੇ ਰਾਈਟ ਟੂ ਸਰਵਿਸ ਐਕਟ ਬਣਾਇਆ, ਇਹਦੇ ਨਾਲ ਉਹ ਵੈਲਿਡ ਐਕਟ ਹੈ। ਜੇ ਤੁਸੀਂ ਐਕਟ ਬਣਾਉਂਦੇ ਹੋ, ਐਕਟ ਤੋਂ ਸਜ਼ਾ ਦਿੰਦੇ ਹੋ, ਹਰ ਸਰਵਿਸ ਟਾਈਮ ਬਾਉਂਡ ਕਰਦੇ ਹੋ, ਉਹ ਲਾਗੂ ਨਹੀਂ, ਉਹ ਵੀ ਉਹ ਪ੍ਰੋਪਰ ਤਰੀਕੇ ਦੇ ਨਾਲ ਹੋਇਆ, ਪਰ ਉਹ ਜ਼ਿਆਦਾ ਸੋਲਿਡ ਐਫਰਟ ਹੈ ਗਵਰਨੈਂਸ ਰਿਫਾਰਮ ਦੇ ਵਿੱਚ ਜੇਕਰ ਤੁਸੀਂ ਕਰਨਾ ਹੈ। ਅਮਰਿੰਦਰ ਸਿੰਘ ਗਵਰਨਮੈਂਟ ਆਏ ਪਹਿਲਾਂ ਉਹਨੇ ਉਹ ਐਕਟ ਚੱਕਿਆ, ਉਦੋਂ ਬਾਅਦ ਆਪਾਂ ਕਹਿੰਦੇ ਕਮਿਸ਼ਨ ਬਣਾ ਦਿੰਦੇ, ਇੰਨਿਆਂ ਦੀ ਲੋੜ ਨਹੀਂ, ਆਪਾਂ ਆਹ ਨਹੀਂ ਕਰਦੇ, ਆਹ ਨਹੀਂ ਕਰਦੇ, ਇਹ ਆਏ ਕਹਿੰਦੇ ਆਪਾਂ ਕੁਛ ਨਵਾਂ ਕਰਦੇ ਹਾਂ, ਨਵਾਂ ਕੁਝ ਨਹੀਂ ਹੈ ਇਹਦੇ 'ਚ। ਸਾਰੀਆਂ ਗੌਰਮੈਂਟਾਂ ਦਾ ਬੇਸਿਕ ਫੰਡਾ ਕੇਵਲ ਵੋਟਾਂ 'ਚ ਦੱਸਣ ਦਾ। ਤੁਸੀਂ ਮੈਨੂੰ ਦੱਸੋ, ਇਹਨਾਂ ਨੇ ਐਕਟ ਬਣਾਤਾ ਸੀ, ਮੈਂ ਬਹੁਤ ਸਟੱਡੀ ਕੀਤੀ, ਸਾਰੇ ਦਫ਼ਤਰ ਕਹਿੰਦੇ ਯਾਰ ਮੁਲਾਜ਼ਮ ਹੋਣੇ ਹੀ ਆ, ਤੁਸੀਂ ਟਾਈਮ ਬਾਉਂਡ ਕਰਤਾ, ਆਹ ਸਾਡੇ ਕੋਲ ਕੰਮ ਨੇ, ਇਹਨਾਂ ਕੰਮਾਂ ਤੋਂ ਅਸੀਂ ਰਾਸ਼ਨ ਕਾਰਡ 24 ਘੰਟੇ 'ਚ ਕਿੱਥੋਂ ਦੇ ਦਈਏ, ਬਾਕੀ ਦੇ ਕੀ ਇਹਨਾਂ ਕੰਮਾਂ ਲਈ, ਚਾਹੇ RTI ਐਕਟ ਬਣ ਗਿਆ, ਚਾਹੇ ਇਹ ਸਰਵਿਸ ਹੁਣ ਤੁਸੀਂ ਦਫ਼ਤਰ ਦੀ ਬਜਾਏ ਕਿ ਇਹਨੂੰ ਘਰ ਜਾ ਕੇ ਮਿਲੂਗੀ, ਨਵੇਂ ਮੁਲਾਜ਼ਮ ਭਰਤੀ ਕੀਤੇ ਨੇ ਉਨੀ ਗਿਣਤੀ ਦੇ ਵਿੱਚ, ਤੇ ਜਿਹੜਾ ਫੰਡਾ ਤੁਹਾਡੇ ਕੋਲ ਮੁਲਾਜ਼ਮ ਜੂਨੀਅਰਾਂ ਦਾ ਹੈ, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਕਦੇ ਪਟਵਾਰੀਆਂ ਨਾਲ, ਕਦੇ ਕਿਸੇ ਨਾਲ, ਉਹ ਹੜਤਾਲ ਕਰਕੇ ਬੈਠੇ ਹੋਏ ਨੇ, ਮੁੜ ਕੇ ਤੁਹਾਡਾ ਨਹੀਂ ਗੱਲ ਚੱਲੀ ਰਿਟ, ਸਾਰੇ ਕਿਤੇ ਹੜਤਾਲਾਂ ਮਹੀਨਿਆਂ ਬੱਧੀ ਚੱਲੀਆਂ ਨੇ ਡਿਸਟ੍ਰਿਕਟ ਪ੍ਰਸ਼ਾਸਨਾਂ ਦੇ ਵਿੱਚ, ਤੁਹਾਡਾ ਕੋਈ ਔਰਾ ਨਹੀਂ, ਤੁਹਾਡੇ ਕੋਈ ਗੱਲ ਨਹੀਂ ਸੁਣਵਾਈ ਦੇ ਰਹੀ, ਤੁਹਾਡੀ ਕੋਈ ਜਵਾਬਦੇਹੀ ਨਹੀਂ ਹੈ, ਕੰਮ ਕਿਵੇਂ ਹੋ ਜਾਊਗਾ। ਇਹ ਬਹੁਤ ਵਧੀਆ ਲੱਗਦਾ ਸੀਨ ਪ੍ਰਚਾਰ ਦੇ ਤੌਰ ਤੇ, ਐਡ ਵੀ ਆਏਗੀ, ਸਾਡੇ ਵਰਗਿਆਂ ਨੂੰ ਵੀ ਭੁਲੇਖਾ ਪਊਗਾ ਕਿ ਹਾਂ ਬਹੁਤ ਵਧੀਆ ਕੰਮ ਹੈ ਜੀ, ਇਹ ਹੋ ਜਾਊਗਾ। ਗਰਾਊਂਡ ਤੇ ਨਹੀਂ ਹੋਣਾ ਸਿਸਟਮੈਟਿਕ ਸੀ ਕੰਮ, ਲੋਕ ਦਫ਼ਤਰ 'ਚ ਜਾ ਕੇ ਹੀ ਕਹਿੰਦੇ ਨੇ ਉੱਥੇ ਹੀ ਕੰਮ ਹੋ ਜਾਏ, ਉਹਦੇ ਮੁਲਾਜ਼ਮ ਭਰਤੀ ਕਰੋ, ਜਿਹੜਾ ਮੁਲਾਜ਼ਮ ਕੰਮ ਨਹੀਂ ਕਰਦਾ ਉਹਨੂੰ ਟਾਈਮ ਬਾਉਂਡ ਕਰੋ, ਉਹਦੇ ਖਿਲਾਫ ਕਾਰਵਾਈ ਦੀ ਗਰੰਟੀ ਕਰੋ, ਕਿਤੇ ਜਾ ਕੇ ਕੰਮ ਤਾਂ ਹੋਣ ਲੱਗਣਾ, ਉਦੋਂ ਬਾਅਦ ਕਿਵੇਂ ਹੋ ਕੰਮ ਕਿਵੇਂ ਹੋ ਜਾਊਗਾ, ਉਸੇ ਮੈਥਡ 'ਚ ਉਸੇ ਸਿਸਟਮ ਦੇ ਵਿੱਚ ਜਾ ਕੇ। ਤੁਸੀਂ ਗਰਾਊਂਡ ਤੇ ਜਾ ਕੇ ਤਾਂ ਦੇਖੋ ਲੋਕਾਂ ਦਾ ਹਾਲ ਕੀ ਹੈ, ਥਾਣਿਆਂ 'ਚ ਕਚਹਿਰੀਆਂ 'ਚ ਜਿੱਥੇ ਵੀ ਉਹ ਜਾ ਕੇ ਖੜਦੇ ਨੇ, ਉਹ ਤਰ੍ਹਾਂ ਤਰ੍ਹਾਂ ਕਰਦੇ, ਕੰਮ ਰੁਕੇ ਪਏ ਨੇ, ਜਾਣਾ ਹਟ ਕੇ ਜਾਣਾ ਬੰਦ ਹੋ ਗਏ ਨੇ ਲੋਕ ਦਫ਼ਤਰਾਂ ਦੇ ਵਿੱਚ। ਇਸ ਲਈ ਉਹ ਪ੍ਰੈਕਟੀਕਲ ਇਸ਼ੂ ਨੂੰ, ਪ੍ਰੈਕਟੀਕਲ ਗੱਲ ਨੂੰ ਧਿਆਨ 'ਚ ਰੱਖਣਾ ਬੇਹੱਦ ਜ਼ਰੂਰੀ ਹੈ। ਐਕਟ ਬਣਾਓ, ਐਕਟ ਟਾਈਮ ਬਾਉਂਡ ਕਰੋ, ਟਾਈਮ ਬਾਉਂਡ ਦੇ ਨਾਲ ਨਾਲ ਬੰਦੇ ਦੀ ਸਮਰੱਥਾ ਦੇਖਦੇ ਹੋਏ ਉਹਨੇ ਬੰਦੇ ਭਰਤੀ ਕਰੋ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ, ਉਦੋਂ ਬਾਅਦ ਫਿਰ ਉਹਦੇ ਖਿਲਾਫ ਇੱਕ ਅਕਾਊਂਟੇਬਿਲਟੀ ਤੈਅ ਕਰੋ, ਤਾਂ ਇਹ ਕਿਤੇ ਨਾ ਕਿਤੇ ਹੋਏਗਾ। ਪਹਿਲਾਂ ਉੱਪਰ ਤੈਅ ਕਰੋ, ਤੁਹਾਡੇ ਮਿਨਿਸਟਰ ਫਾਈਲਾਂ ਕੱਢਦੇ ਨੇ, ਭਾਰਤੀ ਕਿਸਾਨ ਯੂਨੀਅਨ ਦੇ ਅੱਜ ਉਗਰਾਹਾਂ ਗਰੁੱਪ ਨੇ 16 ਜ਼ਿਲ੍ਹਿਆਂ ਦੇ ਵਿੱਚ ਧਰਨਾ 5 ਦਿਨ ਦਾ ਪਲਾਨ ਕੀਤਾ ਕਿ ਐਗਰੀਕਲਚਰ ਪਾਲਿਸੀ ਕਿੱਥੇ ਹੈ। ਤੁਸੀਂ ਡਰਾਫਟ ਬਣਾਇਆ ਹੋਇਆ ਚੀਫ ਮਿਨਿਸਟਰ ਕੋਲ ਤਾਂ ਦੇਖਣ ਨੂੰ ਥਾਂ ਨਹੀਂ, ਪਾਲਿਸੀ ਦੇਖਣ ਨੂੰ ਟਾਈਮ ਨਹੀਂ ਹੈ। ਜਦੋਂ ਤੁਸੀਂ ਤੁਹਾਡੇ ਜਿਹੜੇ ਐਲਾਨੇ ਆ ਗੱਲਾਂ ਦੇ ਟਾਈਮ ਬਾਉਂਡ ਆ ਉਹ ਆਪ ਨਹੀਂ ਕਰ ਪਾ ਰਹੇ ਉੱਪਰੋਂ, ਤਾਂ ਹੇਠਾਂ ਟਾਈਮ ਬਾਉਂਡ ਕਿਵੇਂ ਹੋਏਗਾ? ਜਿਹੜਾ ਬੈਸਟ ਦਾ ਕਲਚਰ ਹੈ, ਬੈਸਟ ਦੀ ਇੱਕ ਓਨੈਸਟੀ ਆ, ਇੱਕ ਐਥਿਕ ਸਿਸਟਮ ਹੈ ਐਥੀਕਲੀ, ਉੱਧਰ ਵੀ ਧਿਆਨ ਦੇਣਾ ਪਏਗਾ। ਇਕੱਲਾ ਮੇਰੇ ਖਿਆਲ ਅਨਾਊਂਸਮੈਂਟਾਂ ਨਾਲ ਨਹੀਂ ਕੰਮ ਬਣਨਾ, ਜਾਂ ਜੇ ਕਰ ਦੇਣ
ਮੈਂ ਸਭ ਤੋਂ ਜ਼ਿਆਦਾ ਵੈਲਕਮ ਕਰਦਾ, ਸਭ ਤੋਂ ਜ਼ਿਆਦਾ ਵੈਲਕਮ ਕਰੂੰਗਾ ਜੇ ਕਿਤੇ ਗਰਾਊਂਡ ਤੇ ਉਤਰ ਜੇ। ਮੈਂ ਕਹਿੰਦਾ ਸਾਰੇ ਨਾ ਕਰੋ, ਅਜੇ ਪਾਇਲਟ ਪ੍ਰੋਜੈਕਟ ਕਰ ਦਿਓ, ਇੱਕ ਇੱਕ ਜ਼ਿਲ੍ਹੇ 'ਚ ਦੋ ਜਗ੍ਹਾ ਕਰ ਦਿਓ, ਉਹਨੂੰ ਇੰਪਲੀਮੈਂਟ ਕਰਕੇ ਦਿਖਾ ਦਿਓ, ਉਦੋਂ ਬਾਅਦ ਬਾਕੀ ਜਗ੍ਹਾ ਕਰ ਲਿਓ, ਸਾਰੇ ਜਗ੍ਹਾ ਮਤ ਕਰੋ, ਨਹੀਂ ਹੋਣ ਵਾਲੀਆਂ ਇਹ ਚੀਜ਼ਾਂ ਉਸ ਲੈਵਲ ਦੇ ਉੱਤੇ ਆਉਂਦੀਆਂ। ਕੋਈ ਮੈਨੂੰ ਇਹਨੂੰ ਨੈਗੇਟਿਵ ਐਟੀਟਿਊਡ ਕਰੇ ਜਾਂ ਪਾਜ਼ਿਟਿਵ, ਕੋਈ ਵੀ ਵਿਗੜੇ ਸਿਸਟਮ ਨੂੰ ਦਰੁਸਤ ਕਰਨ ਦਾ ਇਹੋ ਜਿਹਾ ਕੋਈ ਤਰੀਕਾ ਨਹੀਂ ਹੁੰਦਾ ਕਿ ਐਲਾਨ ਨਾਲ ਹੋ ਜਾਏਗਾ। ਉਹਦੇ ਤੇ ਥੋਰੋ ਸਟੱਡੀ ਕਰਕੇ ਤੁਹਾਨੂੰ ਔਰ ਪਾਇਲਟ ਦੇ ਤੌਰ ਤੇ ਇੰਪਲੀਮੈਂਟ ਕਰਾ ਕੇ ਉਦੋਂ ਬਾਅਦ ਤੁਸੀਂ ਚੀਜ਼ ਨੂੰ ਅੱਗੇ ਵਧਾਉਂਦੇ ਹੋ। ਜੇ ਉਵੇਂ ਨਹੀਂ ਵਧਾਉਂਦੇ ਤਾਂ ਠੀਕ ਹੈ, ਜਿਵੇਂ ਚੱਲਦਾ ਤੇ ਉਵੇਂ ਚੱਲਦਾ ਰਹੇਗਾ ਕੰਮ। ਵਿਹਾਰਕਤਾ ਤਾਂ ਇਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਤੇ ਮੇਰਾ ਖਿਆਲ ਹੈ ਕਿ ਜੇ ਤੁਹਾਡੀ ਇਹ ਸਲਾਹ ਨੂੰ, ਇਸ ਸੁਝਾਅ ਨੂੰ ਸਰਕਾਰ ਮੰਨ ਕੇ ਤੇ ਕੁਝ ਖਾਸ ਜਗ੍ਹਾ ਦੇ ਉੱਤੇ 3-4-5 ਜਗ੍ਹਾ ਤੇ ਧੂਰੀ ਚ ਹੀ ਕਰ ਲਓ, ਆਪਣੇ ਹੀ ਕਰ ਲਓ ਹਲਕੇ ਚ, ਆਪਣੇ ਜਿਹੜਾ ਤੁਹਾਡੇ ਫਾਈਨਾਂਸ ਮਿਨਿਸਟਰ ਹੈ ਉਹਦੇ ਹਲਕੇ ਚ ਕਰ ਲਓ, ਕੋਈ ਹੋਰ ਸਪੀਕਰ ਦੇ ਹਲਕੇ ਚ ਕਰ ਲਓ, ਐਮ ਬੰਦਿਆਂ ਦੇ ਹਲਕਿਆਂ ਚ ਕਰਕੇ ਦੇਖ ਲਓ, ਤੇ ਫਿਰ ਜੇ ਉੱਥੋਂ ਉਹ ਵਿਹਾਰਕ ਨਜ਼ਰੀਏ ਦੇ ਉੱਤੇ ਉਹ ਚੜ੍ਹਦਾ ਹੈ ਸਿਰੇ, ਤਾਂ ਫਿਰ ਉਹਨੂੰ ਅੱਗੇ ਵਧਾ ਦਿਓ, ਲੋਕ ਖੁਸ਼ ਹੋਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ।